ਜਸਟ ਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਟੂ ਦਾ ਪੁਆਇੰਟ ਵਿੱਚ ਅਕਸਰ ਅਸੀਂ ਅਲੱਗ ਅਲੱਗ ਮੁੱਦਿਆਂ ਤੇ ਡਿਬੇਟ ਕਰਦੇ ਹਾਂ, ਬਹਿਸ ਕਰਦੇ ਹਾਂ, ਸਟੂਡੀਓ ਦੇ ਵਿੱਚ ਬਹਿਸ ਹੁੰਦੀ ਹੈ। ਪਰ ਇਸ ਵਕਤ ਸਾਡੇ ਨਾਲ ਇੱਕ ਮਹਿਮਾਨ ਨੇ ਜਿਹੜੇ ਪਾਕਿਸਤਾਨ ਤੋਂ ਆਏ ਨੇ। ਪਾਕਿਸਤਾਨ ਦੇ ਵਿੱਚ ਇਹਨਾਂ ਨੂੰ MPA ਕਿਹਾ ਜਾਂਦਾ ਤੇ ਵੈਸੇ ਅਸੀਂ ਆਪਣੀ ਭਾਸ਼ਾ ਦੇ ਵਿੱਚ ਵਿਧਾਇਕ ਸਮਝਦੇ ਹਾਂ। ਸਾਬਕਾ ਵਿਧਾਇਕ ਨੇ ਪਾਕਿਸਤਾਨ ਤੋਂ ਬਲਦੇਵ ਜੀ, ਉਹ ਸਾਡੇ ਨਾਲ ਮੌਜੂਦ ਨੇ। ਬਲਦੇਵ ਜੀ, ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ ਕੈਪੀ ਸਿੰਘ ਵੀਰ, ਸ਼ੁਕਰੀਆ ਤੁਸੀਂ ਆਇਓ ਤੇ ਜਸਟ TV ਚੈਨਲ ਦੇ ਵਿੱਚ ਸ਼ੁਕਰੀਆ। ਮੈਂ ਤੁਹਾਨੂੰ ਬਲਦੇਵ ਕੁਮਾਰ ਸੰਬੋਧਨ ਕਰਾਂ ਜਾਂ ਬਲਦੇਵ ਸਿੰਘ ਸੰਬੋਧਨ ਕਰਾਂ? ਮੇਰੇ ਵਾਸਤੇ ਸਭ ਤੋਂ ਵੱਡੀ ਚੀਜ਼ ਹੈ ਕਿ ਜਿਹੜਾ ਬੰਦਾ ਜਿਹੜੀ ਤਰ੍ਹਾਂ ਰਿਸਪੈਕਟ ਕਰ ਸਕਦਾ ਹੈ, ਮੈਂ ਉਹਦੇ ਤਾਬੇਦਾਰ ਹਾਂ। ਭਾਵੇਂ ਸਭ ਤੋਂ ਵੱਡਾ ਮਜ਼ਹਬ ਮੇਰਾ ਉਸ ਇਨਸਾਨੀਅਤ ਹੈ, ਮਗਰ ਮੇਰੀ ਪੈਦਾਇਸ਼ ਸਿੱਖ ਫੈਮਿਲੀ ਘਰ ਦੇ ਵਿੱਚ ਹੋਈ ਹੈ। ਮੋਨਾ ਸਰਦਾਰ, ਹੁਣ ਜਿਸ ਤਰ੍ਹਾਂ ਤੁਸੀਂ ਨੇ ਕੈਪੀ ਸਿੰਘ ਲਿਖਿਆ, ਠੀਕ ਹੈ, ਇਸ ਤਰ੍ਹਾਂ ਜਿਹੜਾ ਵੀ ਪੁਕਾਰਦੇ ਹੋ ਮੈਨੂੰ ਖੁਸ਼ੀ ਹੁੰਦੀ ਹੈ। ਬਲਦੇਵ ਸਿੰਘ 'ਤੇ ਵੀ ਖੁਸ਼ੀ ਹੁੰਦੀ ਹੈ, ਹੁਣ ਬਲਦੇਵ ਕੁਮਾਰ 'ਤੇ ਵੀ ਖੁਸ਼ੀ ਹੁੰਦੀ ਹੈ, ਦੋਨੋਂ 'ਤੇ ਹੁਣ ਖੁਸ਼ ਹੋਣਾ ਪਿਆ। ਅਤੇ ਉੱਧਰ ਖੁਸ਼ ਨਹੀਂ ਸੀਗੇ ਤਾਂ ਇੱਧਰ ਆ ਗਏ? ਉੱਧਰ ਇਸ ਤਰ੍ਹਾਂ ਸੀ ਕਿ ਬਹੁਤ ਜਿਸ ਤਰ੍ਹਾਂ 43-44 ਸਾਲ ਬਹੁਤ ਕੱਢ ਲਿੱਤੇ, ਮਗਰ ਜਦੋਂ ਇੱਥੇ ਆਇਆ, ਇੱਥੇ ਵੇਖਿਆ, ਮਾਹੌਲ ਵੇਖਿਆ, ਉਹ ਪਿਆਰ ਵੇਖਿਆ, ਅਤੇ ਵੇਖਿਆ ਕਿ ਜਿਸ ਤਰ੍ਹਾਂ ਬਾਬਾ ਨਾਨਕ ਦੀ ਉਹ ਵੀ ਧਰਤੀ ਪੰਜਾਬ, ਜਿੱਥੇ ਪੰਜਾ ਸਾਹਿਬ ਹੈ, ਨਨਕਾਣਾ ਸਾਹਿਬ ਹੈ, ਮਗਰ ਉਸੇ ਸਾਡਾ ਘੱਟ ਜਾਣਾ ਨਾ ਹੁੰਦਾ ਸੀ, ਅਸੀਂ ਸਵਾਤ ਰਹਿੰਦੇ ਸੀ। ਅਤੇ ਜਦੋਂ ਇੱਥੇ ਆਇਆ, ਇਹ ਵੇਖਿਆ ਕਿ ਇਹ ਧਰਤੀ ਵੀ ਬਾਬਾ ਨਾਨਕ ਦੀ ਹੈ, ਇੱਥੇ ਪਿਆਰ ਮਿਲਿਆ, ਉਹ ਕੀਤਾ। ਤੁਸੀਂ ਉੱਥੋਂ ਵੀਜ਼ਾ ਲੈ ਕੇ ਆਏ ਹੋ ਜਾਂ ਭੱਜ ਕੇ ਆਏ? ਦੁਨੀਆ ਇਸ ਤਰ੍ਹਾਂ ਕਹਿੰਦੀ ਹੈ ਕਿ ਜਿਸ ਤਰ੍ਹਾਂ ਉਹ ਦੋ ਦੁਸ਼ਮਣਾਂ ਦੇ ਦਰਮਿਆਨ ਆਉਣਾ ਨਹੀਂ ਹੁੰਦਾ, ਜਿਸ ਤਰ੍ਹਾਂ ਮੈਂ 2 ਘੰਟੇ ਤਾਰਾਂ ਦੇ ਦਰਮਿਆਨ ਆਇਆ ਸੀ, ਅਤੇ ਉਹ ਮੇਰੇ ਕੋਲ ਅਗਰ ਵੀਜ਼ਾ ਨਾ ਹੁੰਦਾ ਤਾਂ ਉਸ ਪਾਸੇ ਉਹ ਪਾਸੇ ਸ਼ੂਟ ਹੁੰਦਾ, ਇਸ ਪਾਸੇ ਸ਼ੂਟ ਹੁੰਦਾ। ਮੈਂ ਇਸ ਤਰੀਕੇ ਸਮਝਿਆ ਵੀਜ਼ਾ ਲੈ ਕੇ ਭੱਜ ਕੇ ਆਇਆ? ਲੀਗਲ ਨਹੀਂ, ਭੱਜ ਕੇ ਤਾਂ ਆਇਆ, ਬਿਲਕੁਲ ਇਹ ਹਕੀਕਤ ਹੈ, ਬਿਲਕੁਲ। ਕਿਉਂਕਿ ਜਿਹੜੇ ਹਾਲਾਤ ਬਣੇ ਸਨ, ਮੈਂ ਅਗਰ ਇਤਨਾ ਸਭ ਕੁਝ ਛੋੜ ਕੇ, ਆਪਣਾ ਪਰਿਵਾਰ ਛੋੜ ਕੇ, ਸਾਰਾ ਕੁਝ ਛੋੜ ਕੇ, ਮੈਨੂੰ ਪਤਾ ਹੈ ਮੇਰੀ ਮਾਂ ਵੀ ਮੇਰੇ ਗੇ ਬਦੁਆਵਾਂ ਦੇ ਸੀ, ਮੇਰੇ ਭਰਾ ਵੀ ਦੇ ਸਨ, ਮੇਰੇ ਪਰਿਵਾਰ ਦੇ ਸਦੱਸਿਆ ਵੀ ਦੇ ਸਨ, ਮਗਰ ਕੋਈ ਬੰਦਾ ਇੱਕ ਕੁਰਬਾਨੀ ਦੇਗਾ ਆਪਣੇ ਆਪ ਨੂੰ ਨਹੀਂ, ਆਪਣੇ ਗੁਰੂ ਗ੍ਰੰਥ ਸਾਹਿਬ ਵਾਸਤੇ, ਆਪਣੇ ਸਿੱਖਾਂ ਵਾਸਤੇ? ਕਿਤਨਾ ਟਾਈਮ ਅਸੀਂ ਬਰਦਾਸ਼ਤ ਕਰਾਂਗੇ, ਕਿਤਨਾ ਟਾਈਮ ਅਸੀਂ ਰੋਵਾਂਗੇ, ਸਾਡੇ ਬੱਚੇ ਰੋਵਾਂਗੇ? ਇੱਕ ਬੰਦਾ ਕੁਰਬਾਨੀ ਦੇਗਾ? ਇਸੇ ਮਾਰੇ ਭਾਅ ਜੀ ਆਇਆ। ਕਿਹੜੀ ਕੁਰਬਾਨੀ ਦੇ ਰਹੇ ਹੋ ਤੁਸੀਂ? ਇਸ ਤੋਂ ਵੱਡੀ ਕੁਰਬਾਨੀ ਹੈ ਕਿ ਦੁਨੀਆਂ ਦੀ ਹਰ ਸਹੂਲਤ ਛੋੜ ਕੇ ਮੈਂ ਇੱਥੇ ਆਇਆ। ਸਹੂਲਤਾਂ ਮਿਲਦੀਆਂ ਤੁਹਾਨੂੰ ਉੱਧਰ ਸਾਰੀਆਂ? ਬਹੁਤ, ਸਾਰਾ ਕੁਛ ਸੀ, ਮੇਰਾ ਘਰ ਸੀ, ਮੈਂ ਜਾਇਦਾਦ ਆਪਣੀ ਵੇਚ ਲਿੱਤੀ, ਸਾਰਾ ਕੁਝ ਵੇਚ ਕੇ, ਸਾਰਾ ਕੁਝ ਖਾ ਕੇ, ਸਿਆਸਤ ਦੇ ਪਿੱਛੇ। ਮੇਰੇ ਕੀ ਇੱਕ ਬੰਦਾ ਇਹ ਦੱਸ ਦੇਵੇ ਕਿ ਆ ਕੇ ਬਲਦੇਵ ਨੇ ਸਾਡੇ ਸਿੱਖ ਧਰਮ ਦੇ ਵਿੱਚ ਜਿਹੜੇ ਜਿਹੜੇ ਲੋਕਾਂ ਦੀ ਟਰਾਂਸਫਰ ਕਰਾਏ ਆ, ਜਿਹੜੇ ਜਿਹੜੇ ਇਹਨੂੰ ਨੌਕਰੀਆਂ 'ਤੇ ਲਗਾਇਆ, ਉਹਦੇ ਵਿੱਚ ਇੱਕ ਪੈਸਾ ਲਿੱਤਾ ਮੇਰੇ 'ਤੇ ਆਪਣੀ ਮਾਂ ਦਾ ਦੁੱਧ ਹਰਾਮ ਹੋ ਸੀ, ਜਾਂ ਜਿਹਨਾਂ ਵਾਸਤੇ ਕੰਮ ਕਰਾਏ, ਜਿਹਨਾਂ ਨੇ ਨਾਲ ਗਿਆ, ਠੀਕ ਹੈ। ਉੱਧਰ ਤੁਹਾਡੇ ਨਾਲ ਕੋਈ ਖੜਦਾ ਕਿੱਥੇ? ਤੁਸੀਂ ਕਹਿੰਦੇ ਵੀ ਮੈਂ ਭਾਰਤ 'ਚ ਰਹਿਣਾ, ਉੱਧਰ ਤੁਹਾਡਾ ਵਿਰੋਧ ਹੋ ਰਿਹਾ ਵੀ ਇੱਥੋਂ ਬਲਦੇਵ ਭੱਜ ਕੇ ਗਏ ਆ? ਤਾਂ ਜ਼ਾਹਿਰ ਹੀ ਗੱਲ ਹੈ, ਮੈਂ ਭੱਜ ਕੇ ਹੀ ਆਇਆ, ਮੈਂ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ, ਕਿਉਂ ਦੱਸਾਂ? ਮੈਨੂੰ ਪਤਾ ਹੈ ਉੱਥੇ, ਅਗਰ ਮੈਂ ਆਪਣੇ ਪਰਿਵਾਰ ਦੀ ਹੋਰ ਵੀ ਦੱਸਾਂ ਨਾ, ਤਾਂ ਉਹਨਾਂ ਨੇ ਉੱਥੇ ਉਹਨਾਂ ਨੇ ਨਾਲ ਰਹਿਣਾ, ਕਿਸੇ ਬੱਚੇ ਦੇ ਮੂੰਹ ਤੋਂ ਨਿਕਲ ਜਾਂਦਾ ਕਿ ਚਾਚੂ ਨੱਸ ਰਹੇ, ਫਿਰ ਤਾਂ ਮੈਂ ਨਹੀਂ ਆਉਣਾ ਸੀ, ਨਹੀਂ ਆ ਸਕਣਾ ਸਾਂ। ਉਹ ਕਹਿ ਰਹੇ ਕਤਲ ਕੇਸ ਤੋਂ ਭੱਜ ਕੇ ਆਏ ਤੁਸੀਂ ਉੱਧਰ? ਨਹੀਂ, ਉਹ ਮੇਰੇ ਫਵਾਦ ਸਾਹਿਬ ਕਹਿ ਰਹੇ ਆ, ਯੂਸਫ ਜ਼ਈ ਕਹਿ ਰਹੇ ਆ। ਕੌਣ ਯੂਸਫ ਜ਼ਈ? ਸ਼ੌਕਤ ਯੂਸਫ ਜ਼ਈ? ਸ਼ੌਕਤ ਯੂਸਫ ਜ਼ਈ ਸਾਹਿਬ ਨੇ ਤਾਂ ਆਪੇ ਕਹਿ ਦਿੱਤਾ ਕਿ ਜਾਓ ਜਿੱਥੇ ਜਾਣਾ ਚਾਹੁੰਦਾ। ਨਹੀਂ, ਉਹ ਕਹਿ ਰਹੇ ਜਿੱਥੇ ਤੁਹਾਡਾ ਦਿਲ ਕਰਦਾ ਰਹੋ, ਦਿਲ ਕਰਦਾ ਰਹਿੰਦੇ। ਪਰ ਉਹ ਕਹਿੰਦੇ ਜਿਹੜਾ ਤੁਸੀਂ ਮਨਿਓਰਟੀ 'ਤੇ ਇਲਜ਼ਾਮ ਲਾਇਆ ਹੈਗਾ ਵੀ ਘੱਟ ਗਿਣਤੀ ਉੱਥੇ ਖਤਰੇ ਵਿੱਚ ਆ, ਉਹ ਸਭ ਝੂਠ ਹੈਗਾ? ਇਹ ਵੀਰ ਮੈਂ ਨਹੀਂ ਕਹਿੰਦਾ ਇਸ ਤਰ੍ਹਾਂ ਹੈ ਕਿ ਜਿਹੜੀ ਜਗ੍ਹਾ 'ਚ ਤੁਸੀਂ ਪਤਾ ਕਰ ਸਕਦੇ ਹੋ, ਭਾਵੇਂ ਸਿੰਧ ਤੋਂ ਇੱਥੇ ਤੁਸੀਂ ਨਾਲ ਇੰਡੀਆ 'ਚ ਬੈਠੇ ਨੇ, ਸੰਗਤਾਂ ਬੈਠੀਆਂ ਨੇ, ਅਗਰ ਮੈਂ ਇਹਨਾਂ ਕੈਸਾ ਨਾ ਝੂਠ ਕਹਿਣਾ ਤਾਂ ਮੇਰੀ ਬਿਮਾਰ ਧੀ ਹੈ, ਮੈਨੂੰ ਵਾਹਿਗੁਰੂ ਉਸ ਤੋਂ ਛੁਡਾਵੇ, ਇਸ ਤੋਂ ਵੱਡੀ ਕੋਈ ਗੱਲ ਤਾਂ ਨਹੀਂ ਹੈ। ਕੀ ਕਹਿ ਕੇ ਵੀਜ਼ਾ ਲਿੱਤਾ? ਕਿੱਥੇ? ਉੱਥੇ ਵੀਜ਼ਾ ਕੀ ਕਹਿ ਕੇ ਅਪਲਾਈ ਕੀਤਾ ਤੁਸੀਂ? ਕੀ ਗਰਾਊਂਡ ਕੀ ਦਿੱਤੀ ਸੀਗੀ? ਗਰਾਊਂਡ ਮੇਰੀ ਇੱਥੇ ਸਸੁਰਾਲ ਹੈ, ਮੇਰੇ ਬੱਚੇ ਇੱਥੇ ਸਨ, ਮਾਰਚ ਦੇ ਚੁਲਨ ਹੀ ਆਏ ਸਨ, ਉਹਨਾਂ ਦੇ ਪਿੱਛੇ ਆਇਆ। ਮੈਡੀਕਲ ਗਰਾਊਂਡ 'ਤੇ ਲਿੱਤਾ ਤੁਸੀਂ ਵੀਜ਼ਾ ਜਾਂ ਮੇਰੇ ਸਸੁਰਾਲ ਵੀ ਇੱਥੇ ਹਨ, ਮੈਨੂੰ ਮੈਡੀਕਲ 'ਤੇ ਵੀ ਦੇ ਸਨ, ਕੋਈ ਉਸ 'ਤੇ ਉਹ ਨਹੀਂ ਸੀ, ਮੈਂ ਮੈਡੀਕਲ 'ਤੇ ਦਿੱਤੇ ਸਨ ਵਿੱਚ, ਬਿਲਕੁਲ ਡਾਕੂਮੈਂਟਸ ਦਿੱਤੇ ਸਨ। ਤੁਹਾਡੇ 'ਤੇ ਇਲਜ਼ਾਮ ਇਹ ਲਾਇਆ ਜਾ ਰਿਹਾ ਕਿ ਤੁਸੀਂ ਅੰਬੈਸੀ ਨੂੰ ਗੁੰਮਰਾਹ ਕੀਤਾ, NOC ਤੁਹਾਨੂੰ ਉੱਥੋਂ ਮਿਲੀ ਹੈ ਪੁਲਿਸ ਦੇ ਕੋਲੋਂ,
उस तो बाद तुसी पूरे केस बारे नहीं दस्या गया तो तुसी गुमराह किया अंबैसी नूं। तुसी इत्थों तक दस्या कि मैनूं लोअर कोर्ट आ जिहड़ी उन्होंने एंटी टैररिज्म कोर्ट आ जिहड़ी उन्हें मैनूं छड़ता तो ये इत्थों तक तुसी दस्या अगे तुसी दस्या नहीं गा। अच्छा मैं नहीं दसना उत्थे दी अदालतां है नहीं उत्थे दी एजेंसियां नहीं जिथे मैं बाहर वीज़ा लेने जा रहा इंडियन हाई कमीशन उहदे बाहर कौन बैठा है पाकिस्तानी एजेंसियां नहीं बैठियां बाकायदा एंट्री नहीं करते ना तो नहीं पूछते अगर मैं भज के आया तो वीज़ा मैं किस तरह लिता या अदालत ने मैं बरी किया बच्चों की गल कर रहे तो जो बंदा इस तरह कह रहे गुमराह किया कौन कहता है गुमराह किया कौन कहता है सुरन सिंह के बेटे कह रहे हैं कौन है सुरन सिंह का पुत्र सुरन सिंह का पुत्र है ही नहीं सुरन सिंह का पुत्र इंडिया बैठा है अजय सिंह सुरन सिंह का पुत्र नहीं अजय सिंह गुलजारी का बैठा है इन्हू कह तू जिस प्यो तो पैदा होया है वो मोना सरदार है कि केसदारी है मुन पहले यही दस दे नहीं सवाल ये नहीं है जो उन्होंने नहीं मैं दसना मुन तो पहले यह दस दे कि मेरे तो यह भी इतराज कर देना कि इन्हें केस सियासत वास्ते इन्हें अपने आप को भजने वास्ते तो पंजाब दे विच सिखा ना प्यार लेने वास्ते ठीक है सुरन सिंह का कतल किमें होया सुरन सिंह 2016 कतल होया सी किमें होया ਉਹ ਆਪੇ ਉਹਨਾਂ ਨੂੰ ਪਤਾ ਹੋਏਗਾ ਜਦੋਂ ਕਰਾਉਂਦੇ ਨੇ ਸਾਨੂੰ ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਕਿਹਨੇ ਕੀਤਾ ਹੈ ਕਿਹਦੇ ਤਰੀਕੇ ਨਾਲ ਕੀਤਾ ਨੇ ਮੈਂ ਹੁਣ ਹੋਰ ਨਹੀਂ ਆਪਣੇ ਉਸ ਮੁਸੀਬਤਾਂ ਵੇਖਣਾ ਜਿਨ੍ਹਾਂ ਨੇ ਕੀਤਾ ਇਹਨਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਪਹਿਲੇ ਕਹਿੰਦੇ ਸਨ ਕਿ ਸੋਹਰਾ ਨੇ ਇੰਡੀਆ ਦਾ ਏਜੰਟ ਸੀ ਇੰਡੀਆ ਦਾ ਸੌ ਹਾਂ ਸੌ ਗੱਲਾਂ ਕਰਦੇ ਸਨ ਇਹ ਤਾਂ ਉਹਨਾਂ ਦੀ ਮੈਂ ਹੁਣ ਇਹ ਦੱਸਾਂ ਕਿ ਜਦੋਂ ਮੈਂ ਨਿਕਲਿਆ ਪਾਕਿਸਤਾਨ ਤੋਂ ਹੁਣ ਕੀ ਕਹਿੰਦੇ ਕਿ ਬਲਦੇਵ ਕੌਣ ਹੈ ਉਹ ਕਹਿ ਰਹੇ 30 ਸਤੰਬਰ ਨੂੰ ਤੁਹਾਡੇ ਸਮਨਿੰਗ ਹੈ ਪਿਸ਼ਾਵਰ ਹਾਈ ਕੋਰਟ ਦੇ ਵਿੱਚ ਸਮਨਸ ਦੀ ਕਾਪੀ ਹੈ ਅੱਛਾ ਮੈਨੂੰ ਨਹੀਂ ਪਤਾ ਇਹ ਉਰਦੂ ਜੇ ਤੁਸੀਂ ਪੜ੍ਹਦੇ ਹੋ ਤਾਂ ਸਮਨ ਦੀ ਕਾਪੀ ਇਹ ਉਹ ਸੀ ਆਉਣ ਵਾਲੇ ਨੇ ਕੇਸ ਇਹ ਪਾਕਿਸਤਾਨ ਹੁਣ ਪਾਕਿਸਤਾਨ ਗਵਰਨਮੈਂਟ ਦੇ ਵਾਸਤੇ ਪੂਰੀ ਕੋਸ਼ਿਸ਼ ਕਰੇਗੀ ਇਹ ਕਾਪੀ ਤੁਹਾਨੂੰ ਮਿਲੀ ਨਹੀਂ ਮੈਨੂੰ ਨਹੀਂ ਮਿਲੀ ਨਹੀਂ ਮੈਨੂੰ ਰਿਸੀਵ ਕੀਤਾ ਤੁਸੀਂ ਕਾਪੀ ਇਹ ਨਹੀਂ ਮੈਂ ਕਦੇ ਨਹੀਂ ਸੋਰਨ ਸਿੰਘ ਦਾ ਪਰਿਵਾਰ ਕਹਿ ਰਿਹਾ ਸਾਨੂੰ ਤਾਂ ਜੁਲਾਈ 'ਚ ਮਿਲ ਗਈ ਸੀ ਤੁਹਾਨੂੰ ਕਿਉਂ ਨਹੀਂ ਮਿਲੀ ਅਤੇ ਮੈਨੂੰ ਜਦੋਂ ਮਿਲੀ ਨਹੀਂ ਅਗਰ ਇਹ ਹੁੰਦਾ ਕੈਸ ਠੀਕ ਹੈ ਤਾਂ ਇਮੀਗ੍ਰੇਸ਼ਨ ਦੇ ਵੀ ਬਾਕਾਇਦਾ ਮੇਰਾ ਪਾਸਪੋਰਟ ਰੁਕਿਆ ਨਹੀਂ ਜਾਂਦਾ ਜਾਂ ਇਮੀਗ੍ਰੇਸ਼ਨ ਦੇ ਵਿੱਚ ਫਿਰ ਇਹ ਕੀ ਸੀ ਜਦੋਂ ਮੈਂ ਨਿਕਲ ਰਿਹਾ ਇਹ ਬਾਕਾਇਦਾ ਤੌਰ ਉੱਥੇ ਇਹ ਸਟੈਂਪ ਲੱਗਦੀ ਪਈ ਹੈ ਇਹ ਕਿਸ ਤਰ੍ਹਾਂ ਲੱਗਦੀ ਹੈ ਇਹ ਗੱਲ ਤੁਹਾਡੀ ਠੀਕ ਹੈਗੀ ਹੈ ਇਹ ਗੱਲ ਤੁਹਾਡੀ ਠੀਕ ਹੈਗੀ ਹੈ ਸਟੈਂਪ ਲੱਗੀ ਹੈ ਪਰ ਉਹ ਕਹਿ ਰਿਹਾ ਕਿ ਤੁਹਾਡਾ ਪੋਲੀਟੀਕਲ ਪ੍ਰੈਸ਼ਰ ਹੀ ਇੰਨਾ ਤੁਹਾਡੇ ਇੰਨੇ ਅੱਛੇ ਕਨੈਕਸ਼ਨ ਹੈ ਜਿਹੜੀ ECL ਹੁੰਦੀ ਹੈ ਤੁਹਾਡੇ ਉੱਥੇ ਐਗਜ਼ਿਟ ਕੰਟਰੋਲ ਲਿਸਟ ਹੈ ਜਿਹੜੀ ਅੱਛਾ ਉਹਦੇ ਵਿੱਚ ਤੁਹਾਡਾ ਨਾਮ ਹੈ ਜਿਹੜਾ ਤੁਹਾਡੇ ਪੋਲੀਟੀਕਲ ਪ੍ਰੈਸ਼ਰ ਕਰਕੇ ਪੈ ਨਹੀਂ ਸਕਿਆ ਇਸ ਕਰਕੇ ਤੁਹਾਨੂੰ ਇਹ ਤਾਂ ਫਿਰ ਉਹਨਾਂ ਨੇ ਹੋਰ ਵੀ ਆਪਣੇ ਮੁਲਕ ਦੀ ਬਦਨਾਮੀ ਕਰ ਦੇਣ ਠੀਕ ਹੈ ਕਿ ਅਗਰ ਇਤਨੀ ਏਜੰਸੀਆਂ ਉਹ ਕਰਦੀਆਂ ਪਈਆਂ ਕਿ ਇੱਕ ਬੰਦਾ ਇਸ ਤਰ੍ਹਾਂ ਨਿਕਲ ਆਉਂਦਾ ਇਹ ਤਾਂ ਫਿਰ ISI ਆਪੇ ਮਾਰ ਆਪੇ ਖਾ ਰਹੀ ਹੈ ਕਿ ਜਿਹੜਾ ਉਹਨਾਂ ਨੇ ਤਰੀਕਾ ਕਰ ਰਹੇ ਹਨ ਜਿਹੜਾ ਉਹਨਾਂ ਨੇ ਕੰਮ ਹਨ ਅਤੇ ਅੱਗੇ ਵੇਖੋ ਹੁੰਦਾ ਕੀ ਨਹੀਂ ਤੁਸੀਂ 30 ਸਤੰਬਰ ਕਰਕੇ ਭੱਜ ਕੇ ਆਏ ਹੋ ਕਿ ਸਮ ਨਹੀਂ ਹੋ ਤੁਹਾਡੇ ਤਾਂ ਇਹੀ ਸਾਰੇ ਪਾਕਿਸਤਾਨ ਦੇ ਵਿੱਚ ਇਹੀ ਗੱਲਾਂ ਸਾਡੇ ਕੋਲ ਪਹੁੰਚ ਰਹੀਆਂ ਮੀਡੀਆ ਦੇ ਜ਼ਰੀਏ ਉਹਨਾਂ ਦਾ ਪਰਿਵਾਰ ਵੀ ਇਹੀ ਕਹਿ ਰਿਹਾ ਸੁਰਨ ਸਿੰਘ ਦਾ ਹਾਂ ਤੁਸੀਂ ਭੱਜ ਕੇ ਆਏ ਹੋ ਤਾਂ ਤਰੀਕ ਤੋਂ ਡਰ ਕੇ ਅਗਰ ਤਾਰੀਖ ਕਿਹਾ ਕਿ ਲੋਅਰ ਕੋਰਟ ਦੇ ਵਿੱਚ ਤੁਸੀਂ ਬਰੀ ਹੋ ਗਏ ਹੋ ਇਹ ਲੋਅਰ ਕੋਰਟ ਨਹੀਂ ਹੈ ਹਾਂ ਇਹ ਲੋਅਰ ਕੋਰਟ ਨਹੀਂ ਹੈ ਇਹ ਟੈਰਰਿਜ਼ਮ ਕੋਰਟ ਹੈ ਇਹ ਐਂਟੀ ਟੈਰਰਿਜ਼ਮ ਕੋਰਟ ਹੈ ਇਨਸਦਾਦੀ ਦਹਿਸ਼ਤਗਰਦੀ ਅਦਾਲਤ ATC ATC ਸੈਕਸ਼ਨ 7 ਤੇ ਸੈਕਸ਼ਨ 302 ਦਾ ਕੇਸ ਹੈ ਸੈਸ਼ਨ ਨਹੀਂ ਇਸ ਦੇ ਵਿੱਚ ਬਹੁਤ ਸੈਸ਼ਨਾਂ ਲੱਗੀਆਂ ਸਨ ਇਹਦੇ ਵਿੱਚ ਦੋ ਸੈਸ਼ਨਾਂ ਨਹੀਂ ਹਨ 302 ਸੀ ਇਨਸਦਾਦੀ ਦਹਿਸ਼ਤਗਰਦੀ ਸੀ ਹਵਾਮ ਤਫਰੀਤ ਸੀ ਅੱਛਾ ਬਹੁਤ ਸਾਰੀ ਇਹਨਾਂ ਨੇ ਲਾਈਆਂ ਮਿਨੋਰਟੀ ਦੇ ਅਗਰ ਮੈਂ ਰੁਕਦਾ ਮੈਂ ਆਪਣੇ ਵਾਸਤੇ ਹੋਰ ਮਸਲੇ ਮਿਨੋਰਟੀ ਕਰਕੇ ਲਾਈਆਂ ਮਿਨੋਰਟੀ ਨਹੀਂ ਜਿਹੜੀ ਚੀਜ਼ਾਂ ਮੇਰੇ 'ਤੇ ਲੱਗੀਆਂ ਇਸ ਕੇਸ ਦੇ ਵਿੱਚ ਇਨਸਦਾਦੀ ਦਹਿਸ਼ਤਗਰਦੀ ਪਰਚੇ ਦਾ ਹੋਣਾ ਹੀ ਨਹੀਂ ਸੀ ਕਿਸ ਤਰ੍ਹਾਂ ਲੱਗੇ ਇੱਕ ਬੰਦਾ ਆਪਣੇ ਗਰਾਂ ਬੈਠਾ ਉਹਦੇ 'ਤੇ ਇਲਜ਼ਾਮ ਲੱਗਦਾ ਕਿ ਇਹਨੇ ਮਾਰ ਦਿੱਤਾ ਉਹ ਕਹਿ ਰਹੇ ਵੀ ਤੁਸੀਂ ਤੁਹਾਡਾ ਉਹਨਾਂ ਨਾਲ ਕਨੈਕਸ਼ਨ ਸੀਗਾ ਟਾਰਗੇਟ ਕਿਲਿੰਗ ਦਾ ਸਾਰਾ ਕੇਸ ਹੈਗਾ ਸੁਪਾਰੀ ਅਗਰ ਹੈ ਸੀ ਮਨ ਅਦਾਲਤਾਂ ਨੇ ਬਰੀ ਕੀਤਾ ਹੈ ਠੀਕ ਹੈ ਜਾ ਕੇ ਅਦਾਲਤ ਦਾ ਸਾਹਮਣਾ ਕਿਉਂ ਨਹੀਂ ਕਰ ਰਹੇ ਤੁਸੀਂ ਪਿਸ਼ਾਵਰ ਹਾਈ ਕੋਰਟ ਹੈ ਉਹਦਾ ਸਾਹਮਣਾ ਕਿਉਂ ਨਹੀਂ ਕਰਦੇ ਤੁਸੀਂ ਦਾਰੂ ਦਾ ਮੈਂ ਇੱਕ ਸਾਲ ਤੇ 5 ਮਹੀਨੇ ਹੋ ਗਏ ਮੈਂ ਹੁਣ ਇਹਨਾਂ ਦਾ ਹੋਰ ਇੰਤਜ਼ਾਰ ਕਰਾਂ ਆਪਣੇ ਆਪ ਨੂੰ ਹੋਰ ਫਸਾਵਾਂ
ਕਹਿ ਲੈਂਦੇ ਮੈਂ ਅਦਾਲਤਾਂ ਦਾ ਇੰਤਜ਼ਾਰ ਕਰਾਂ ਕਿ ਕੇਸ ਆਸੀ ਕੇਸ ਨਿਕਲ ਵਿਸ਼ਵਾਸ ਨਹੀਂ ਹੈਗਾ ਹਾਂ ਤੁਹਾਨੂੰ ਅਦਾਲਤਾਂ ਤੇ ਵਿਸ਼ਵਾਸ ਨਹੀਂ ਹੁਣ ਬਿਲਕੁਲ ਉਸ ਟਾਈਮ ਅਦਾਲਤਾਂ ਤੇ ਵਿਸ਼ਵਾਸ ਸੀ ਹੁਣ ਜਦੋਂ ਹੁਣ ਮੈਂ ਸਿਆਸਤ ਨਹੀਂ ਕਰ ਰਿਹਾ ਬਲਦੇਵ ਜੀ ਬਲਦੇਵ ਤੁਹਾਨੂੰ ਇੱਕ ਅਦਾਲਤ ਨੇ ਬਰੀ ਕੀਤਾ ਉਸ ਅਦਾਲਤ ਦਾ ਤੁਸੀਂ ਵਿਸ਼ਵਾਸ ਕੀਤਾ ਕਰਦੇ ਹੋ ਨਾ ਬਿਲਕੁਲ ਬਿਲਕੁਲ ਕਰ ਬਿਲਕੁਲ ਅਗਲੀ ਅਦਾਲਤ ਦਾ ਵਿਸ਼ਵਾਸ ਕਿਉਂ ਨਹੀਂ ਤੁਹਾਨੂੰ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਰੁਕਦੇ ਉੱਥੇ ਤੇ ਕਿਸ ਵਾਸਤੇ ਰੁਕਦਾ ਮੇਰੇ ਕੋਲ ਕੋਈ ਸਮਾਂ ਹੀ ਨਹੀਂ ਸੀ ਮੇਰੇ ਕੋਲ ਅਗਰ ਸਮਨ ਹੁੰਦਾ ਹੁਣ ਸਮਨ ਤੁਹਾਡੇ ਕੋਲ ਤੇ ਸਮਨ ਹੁਣ ਇਹ ਸਮਨ ਜਿਹੜਾ ਹੈ ਨਾ ਇਹ ਹੁਣ ਬਣਿਆ ਹੈ ਮੈਂ ਪਾਗਲ ਦਾ ਪੁੱਤਰ ਨਹੀਂ ਹਾਂ ਕਿ ਮੈਂ ਹੁਣ ਜਾਵਾਂ ਉੱਥੇ ਮੈਂ ਆਪਣੇ ਆਪ ਨੂੰ ਫਸਾਵਾਂ ਇਹਦੇ ਮਤਲਬ ਤੁਸੀਂ ਅਦਾਲਤ ਤੋਂ ਭੱਜਦੇ ਪਏ ਹੋ ਕਾਨੂੰਨ ਦਾ ਸਾਹਮਣਾ ਨਹੀਂ ਕਰਦੇ ਅਦਾਲਤ ਬਸ ਇਸੇ ਤਰ੍ਹਾਂ ਸਮਝੋ ਕਿ ਅਗਰ ਉਹਨਾਂ ਦੀ ਅਦਾਲਤਾਂ ਨੇ ਹੁਣ ਇਹ ਕੰਮ ਵੀ ਸ਼ੁਰੂ ਕਰ ਦਿੱਤੇ ਕਿ ਬਾਅਦ ਦੇ ਵਿੱਚ ਸਮਨ ਜਾਰੀ ਕਰ ਦੇਣ ਮੈਂ ਅਦਾਲਤ ਕੋਲ ਭੱਜ ਗਿਆ ਮੈਂ ਆਪਣਾ ਧਰਮ ਬਚਾਉਣ ਵਾਸਤੇ ਅਦਾਲਤਾਂ ਨਹੀਂ ਮੈਂ ਹਰ ਜਗ੍ਹਾ ਤੋਂ ਨੱਸਣ ਵਾਸਤੇ ਯਾਰ ਧਰਮ ਇੱਕ ਵੱਖਰੀ ਗੱਲ ਹੈਗੀ ਆ ਤੇ ਅਦਾਲਤ ਜਿਹੜੀ ਕਾਨੂੰਨ ਹੈਗੀ ਆ ਉਹਦਾ ਇੱਕ ਵੱਖਰੀ ਚੀਜ਼ ਹੈਗੀ ਆ ਮੈਂ ਦੋ ਚੀਜ਼ਾਂ ਦੇ ਵਿੱਚ ਤੁਹਾਡਾ ਫਰਕ ਸਮਝਣਾ ਚਾਹੁੰਦਾ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਤੁਹਾਨੂੰ ਜਦੋਂ ਤੁਹਾਨੂੰ ਐਂਟੀ ਟੈਰਰਿਜ਼ਮ ਕੋਰਟ ਨੇ ਬਰੀ ਕਰ ਦਿੱਤਾ ਉਹ ਤੁਹਾਡੇ ਕੋਲ ਜੇ ਪੁਖਤਾ ਗੱਲਾਂ ਹੈਗੀਆਂ ਸੀ ਪੁਖਤਾ ਦਲੀਲ ਹੈਗੀ ਸੀ ਤਾਂ ਹੀ ਤੁਸੀਂ ਬਰੀ ਹੋਏ ਹੋ ਤੁਹਾਨੂੰ ਅਗਲੀ ਅਦਾਲਤ ਵੀ ਬਰੀ ਕਰਨ ਦੀ ਫਿਰ ਭੱਜਣ ਦੀ ਕੀ ਜ਼ਰੂਰਤ ਹੈਗੀ ਆ ਤੂੰ ਮੈਨੂੰ ਭੱਜਣ ਦੀ ਮੈਂ ਭੱਜਿਆ ਹੀ ਨਹੀਂ ਹਾਂ ਮੈਂ ਕਿਸ ਤਰ੍ਹਾਂ ਭੱਜਿਆ ਮੇਰੇ ਕੋਲ ਅਗਰ ਕੋਈ ਸਮਨ ਆਉਂਦਾ ਅਗਰ ਮੇਰੇ 'ਤੇ ਇਹਨਾਂ ਨੇ ਕੇਸ ਕੀਤਾ ਹੁੰਦਾ ਠੀਕ ਹੈ ਮੈਂ ਇਮੀਗ੍ਰੇਸ਼ਨ ਕ੍ਰਾਸ ਕਿਸ ਤਰ੍ਹਾਂ ਕੀਤੀ ਇਹ ਬੱਚਿਆਂ ਦੀ ਗੱਲਾਂ ਹਨ ਤੁਸੀਂ ਵਕੀਲ ਕੀਤਾ ਹੈ ਕਿਸ ਚੀਜ਼ ਵਕੀਲ ਹੈ ਤੁਹਾਡਾ ਇਸ ਕੇਸ ਦਾ ਹੁਣ ਵੀ ਨਹੀਂ ਹੁਣ ਨਹੀਂ ਬਸ ਮੇਰੇ ਇੱਕ ਉਸ ਟਾਈਮ ਵਕੀਲ ਸੀ ਕਦੋਂ ਤੱਕ ਵਕੀਲ ਰਿਹਾ ਤੁਹਾਡਾ ਕੌਣ ਵਕੀਲ ਹੈ ਜਿਹੜਾ ਤੁਸੀਂ ਆਪਦਾ ਕੀਤਾ ਹੋਇਆ ਸੀਗਾ ਵਕੀਲ ਕਦੋਂ ਤੱਕ ਰਿਹਾ ਤੁਹਾਡੇ ਨਾਲ ਵਕੀਲ 26 ਅਪ੍ਰੈਲ ਤੱਕ ਰਿਹਾ 26 ਅਪ੍ਰੈਲ ਤੋਂ ਬਾਅਦ ਮੈਂ ਵਕੀਲ ਕੋਈ ਪਕੜੇ ਨਹੀਂ ਉਸ ਤੋਂ ਬਾਅਦ ਤੁਸੀਂ ਕੋਈ ਉਹਦੇ ਦੇ ਥਰੂ ਕੋਈ ਪਟੀਸ਼ਨ ਨਹੀਂ ਪਾਈ ਨਾ 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 ਉਹਦੇ ਬਾਅਦ ਮੈਂ ਪਟੀਸ਼ਨ ਮੈਂ ਰੈਡ ਆਈ ਨਹੀਂ ਵਕੀਲ ਨਾਲ ਕੀ ਕਰਨਾ ਪਾਕਿਸਤਾਨ ਦੇ ਵਿੱਚ ਜਿਹੜੀ ਘੱਟ ਗਿਣਤੀਆਂ ਹੈਗੀਆਂ ਉਹ ਤੁਹਾਡੇ ਨਾਲ ਨਹੀਂ ਖੜੀਆਂ ਹੋਣਗੀਆਂ ਮੈਂ ਪਹਿਲਾਂ ਵੀ ਇਹ ਸਵਾਲ ਕਰਕੇ ਗਿਆ ਤੁਹਾਨੂੰ ਉਹਦੀ ਵਜ੍ਹਾ ਕੀ ਹੈ ਕਿਉਂਕਿ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਦਲੀਲ ਇਹ ਦੇ ਰਹੇ ਹੋ ਕਿ ਮੈਂ ਘੱਟ ਗਿਣਤੀ ਨਾਲ ਲੜਾਈ ਲੜਦਾ ਪਿਆ ਇੱਕ ਪਾਸੇ ਘੱਟ ਗਿਣਤੀ ਤੁਹਾਡੀ ਸਪੋਰਟ ਨਹੀਂ ਕਰਦੀ ਪਈ ਦੂਜੀ ਚੀਜ਼ ਤੁਸੀਂ ਆਪੇ ਆਖੀਆ ਕਿ ਮੇਰਾ ਪਰਿਵਾਰ ਵੀ ਮੇਰੇ ਨਾਲ ਨਹੀਂ ਹੈਗਾ ਨਹੀਂ ਹੈ ਬਿਲਕੁਲ ਨਹੀਂ ਤੇ ਘੱਟ ਗਿਣਤੀਆਂ ਕਿਉਂ ਤੁਹਾਡੇ ਨਾਲ ਮੈਂ ਕਿਉਂ ਉਹਨਾਂ ਵਾਸਤੇ ਹੋਰ ਮੁਸੀਬਤਾਂ ਮੈਂ ਆਪਣੇ ਵਾਸਤੇ ਥੋੜ੍ਹੀ ਮੁਸੀਬਤਾਂ ਵੇਖੀਆਂ ਉਹਨਾਂ ਨੂੰ ਹੋਰ ਫਸਾ ਦੇਵਾਂ ਜਿਹੜੇ ਪਰਿਵਾਰ ਬੈਠੇ ਮੈਂ ਤਾਂ ਇਤਨੇ ਦਲਾਇਲ ਨਾ ਕਹਿਣਾ ਕਿ ਮੈਨੂੰ ਇਸ ਤਰ੍ਹਾਂ ਫੈਮਲੀਆਂ ਵੀ ਮਿਲੀਆਂ ਬਲਦੇਵ ਵਾਹਿਗੁਰੂ ਨੂੰ ਮੰਨ ਤੂੰ ਆਪਣੇ ਆਪ ਨੂੰ ਉੱਥੇ ਸੈੱਟ ਕਰ ਅਸੀਂ ਵੀ ਆ ਰਹੇ ਹਾਂ ਕੌਣ ਕਹਿ ਰਿਹਾ ਬਹੁਤ ਸਾਰੇ ਫੈਮਲੀਆਂ ਹੁਣ ਗੱਲ ਹੁੰਦੀ ਨਹੀਂ ਮੈਂ ਨਹੀਂ ਦੱਸਣਾ ਨਹੀਂ ਹੁਣ ਗੱਲ ਹੁੰਦੀ ਨਹੀਂ ਆਉਂਦੀ ਕਿਸੇ ਮੈਂ ਨਹੀਂ ਦੱਸਣਾ ਨਾ ਪਰਿਵਾਰ ਨਾਲ ਵੀ ਨਹੀਂ ਗੱਲ ਹੁੰਦੀ ਪਰਿਵਾਰ ਨਾਲ ਉਹਨਾਂ ਨੇ ਕੀ ਛੋੜ ਦਿੱਤਾ ਪਰਿਵਾਰ ਨੇ ਨਹੀਂ ਪਰਿਵਾਰ ਨਾਲ ਬਿਲਕੁਲ ਕੰਟੈਕਟ ਨਹੀਂ ਹੈ ਤੁਹਾਡਾ ਨਹੀਂ ਕਰਨਾ ਵੀ ਨਹੀਂ ਚਾਹੁੰਦੇ ਤੁਸੀਂ ਕਿਉਂ ਕਰਾਂ ਸਾਰੀ ਉਮਰ ਉਹਨਾਂ ਵਾਸਤੇ ਮੈਂ ਕੀਤਾ ਅਤੇ ਮੈਂ ਉਹਨਾਂ ਦਾ ਨਹੀਂ ਅਪਣਾਇਆ ਇਹਨਾਂ ਨਹੀਂ ਅਪਣਾ ਉਹ ਕਰਕੇ ਵੇਖਣ ਨਾ ਨਹੀਂ ਪਹਿਲਾਂ ਤੁਸੀਂ ਜਦੋਂ ਇੰਡੀਆ 'ਚ ਤੁਸੀਂ ਆਉਂਦੇ ਹੋ ਤੁਸੀਂ ਪਹਿਲੇ ਦਿਨ ਇਹ ਬਿਆਨ ਦਿੰਦੇ ਹੋ ਮੀਡੀਆ ਅੱਗੇ ਕਿ ਮੈਂ ਤਾਂ ਆਪਦੇ ਭਰਾਵਾਂ ਨੂੰ ਵੀ ਕਿਹਾ ਵੀ ਤੁਸੀਂ ਛੱਡੋ ਇੱਥੋਂ ਚਲੇ ਜਾਓ ਹੁਣ ਤੁਸੀਂ ਕਹਿੰਦੇ ਮੈਂ ਪਰਿਵਾਰ ਨਾਲ ਕਿਉਂ ਕੰਟੈਕਟ ਕਰਾਂ ਕਿਸ ਤਰ੍ਹਾਂ ਨਹੀਂ ਮੈਂ ਪਰਿਵਾਰ ਨੂੰ ਨਹੀਂ ਕਿਹਾ ਤੁਸੀਂ ਚਾਹੁੰਦੇ ਨਹੀਂ ਪਰਿਵਾਰ ਤੁਹਾਡਾ ਨਾਲ ਆਵੇ ਇੱਥੇ ਜੋ ਉੱਥੇ ਕਿੱਥੇ ਤੁਹਾਨੂੰ ਖਤਰਾ ਦੇ ਪਰਿਵਾਰ ਉਹਨਾਂ ਨੇ ਨਹੀਂ ਆਉਂਦੇ ਉਹਨਾਂ ਦੇ ਜਿਹੜੇ ਬਿਆਨ ਨਜ਼ਰ ਆਉਂਦੇ ਪਏ ਉਹਨਾਂ ਨੂੰ ਤਾਂ ਮੈਂ ਕਹਿਣਾ ਹੁਣ ਵੀ ਮੈਂ ਕਹਿਣਾ ਨੇ ਨਿਕਲੋ ਆਪਣੇ ਆਪ ਨੂੰ ਬਚਾਓ ਧਰਮ ਆਪਣਾ ਬਚਾਓ ਮੈਂ ਹੁਣ ਵੀ ਮੀਡੀਆ ਦੇ ਧਰਮ ਕਿਹੜਾ ਬਚਾਉਣਾ ਚਾਹੁੰਦੇ ਤੁਸੀਂ ਕਿ ਤੁਸੀਂ ਆਪਦੇ ਪਰਿਵਾਰ ਦੇ ਵਿੱਚੋਂ ਇਕੱਲੇ ਇਸ ਵੇਸ਼ਭੂਸ਼ਾ ਵਿੱਚੋਂ ਕਿਸ ਤਰ੍ਹਾਂ ਕਿਹੜਾ ਧਰਮ ਬਚਾਉਣਾ ਤੁਸੀਂ ਆਪਣਾ ਜਿਹੜਾ ਵੀ ਧਰਮ ਹੈ ਧਰਮ ਤਾਂ ਸਭ ਤੋਂ ਪਹਿਲੇ ਉਹ ਹੀ ਹੈ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਠੀਕ ਹੈ ਹੁਣ ਮੈਂ ਇੱਥੇ ਆਇਆ ਮੈਂ ਇੱਥੇ ਆਇਆ ਠੀਕ ਹੈ ਮੈਂ ਆਪਣਾ ਬਦਲਾ ਇੱਥੇ ਦੇ ਮੁਸਲਮਾਨ ਵੀਰਾਂ ਤੋਂ ਲਵਾਂਗਾ ਨਹੀਂ ਮੈਨੂੰ ਵਾਹਿਗੁਰੂ ਇਤਨੀ ਹਿੰਮਤ ਨਾ ਦੇਵੇ ਕਿ ਮੇਰਾ ਜਿਹੜਾ ਜਿਗੜਾ ਸਾੜੇ ਹੈ ਮੈਂ ਉੱਥੇ ਦੇ ਆ ਕੇ ਇੱਥੇ ਉਹ ਗਰੀਬਾਂ ਨੂੰ ਛੇੜਾਂ ਉਹ ਵੀ ਸਾੜੇ ਤਰ੍ਹਾਂ ਪਾਜ ਹਨ ਉੱਥੇ ਮੈਂ ਕਿਸੇ ਧਰਮ ਨੂੰ ਨਹੀਂ ਛੇੜਨਾ ਨਾ ਕਿ ਇੱਕ ਬੰਦਾ ਮੈਨੂੰ ਕੁਮਾਰ ਕਹਿੰਦਾ ਕੁਮਾਰ ਦੇ ਬਾਈ ਸਿੰਘ ਕਹਿੰਦਾ ਮੈਂ ਖੁਸ਼ੀ ਨਾਲ ਬਰਦਾਸ਼ਤ ਕਰ ਲਵਾਂ ਕੀ ਹੋ ਗਿਆ ਉੱਥੇ ਇਨਸਾਨੀਅਤ ਖਤਰੇ 'ਚ ਹੈ ਜਾਂ ਘੱਟ ਗਈ ਬਹੁਤ ਕੌਮਾਂ ਖਤਰੇ 'ਚ ਬਹੁਤ ਸਾਰੀ ਇਨਸਾਨੀਅਤ ਖਤਰੇ 'ਚ ਹੈ ਆਪਣੇ ਵੇਖੋ MNA MPA ਜਿਹੜੇ ਬਾੜੇ ਤੋਂ ਤਾਲੁਕ ਰੱਖਦੇ ਨੇ ਉਹਨਾਂ 'ਤੇ ਦਹਿਸ਼ਤਗਰਦੀ ਉਸ ਦਿਨ ਮੈਂ ਇੱਕ ਵੇਖ ਰਿਹਾ ਸੀ ਛੋਟਾ ਜਿਹਾ ਸਟੂਡੈਂਟ ਹੈ ਉਹਦੇ 'ਤੇ ਇਨਸਦਾਦੀ ਦਹਿਸ਼ਤਗਰਦੀ ਦਾ ਪਰਚਾ ਕਿ ਸਟੂਡੈਂਟ ਉਹਨੇ ਸਟ੍ਰਾਈਕ ਕੀਤੀ ਉਹਨੇ ਉਹਨਾਂ ਬੰਦਿਆਂ ਦੇ ਹੱਕ ਦੇ ਬਾਰੇ 'ਚ ਪੁੱਛਿਆ ਉਹ ਕਹਿੰਦਾ ਮੇਰਾ ਚਾਚਾ ਹੈ ਮੈਂ ਆਪਣੇ ਚਾਚੇ ਦੇ ਬਾਰੇ 'ਚ ਪੁੱਛ ਰਿਹਾ ਉਹਦੇ 'ਤੇ ATC ਲਗਾ ਦਿੱਤਾ ਨੇ 780
केस नहीं, वो गरीबां को सब कुछ चला जाता है, कौन पूछने वाला नहीं। मैं अगर मनो कहना है, मैं गुरु ग्रंथ साहिब ते हाथ रख के, मेरे नाल इस तरह भी होया कि मैं जमीन लेती, जमीन के पैसे भी चले जाते, कोई बोल ही नहीं सकने असी। जो मेरी तरह जोरावर बंदा नहीं बोल सकता ना, होर ने की अपना पूछना है। जोरावर सी तुसी बहुत बहुत लड़े हैं अपने लोगों वास्ते, सारे नो पता है। कतल केस दी वजह करके उत्थों आए हो जां घट गिनती कौमां खतरे विच है, इस लई बलदेव जी घट गिनती दे विच है। कतल केस दे विच अगर मनो वाहिगुरु ने पंजे वाले ने उस टाइम पूछ सकते हो, उन्होंने नाल पूरी हुकूमत खलोती सी, मेरे ना सिर्फ वो अकाल पुरख सी ते मेरे पंजे दा स्थान जिथे मेरा उसे अरदासा होंदिया सन। ये अज इले नहीं कहते कि तेरे ते केस हो गया। ये परवेज खटक नू की कहता सी, चरसी। परवेज खटक जी तुहाडे नाल खड़े सी किस टाइम? उस टाइम नहीं, उस तो इले नाल खलोते सन, उस तो बाद खड़े सी। किस टाइम? जो तुसी जेल चो बाहर होने हो 2 साल बाद। हाँ, उस तो बाद तुहाडे नाल खड़े सी। नहीं, मैं सियासत कोल अपने, मेरी गल सुनो, मैं दूसरी गल दसना ने। जो बलदेव जी मेरा सवाल तो सुनो ना, सवाल ले लो। जो तुसी सो चुकी आ उत्थे, कुछ घंटे बाकी सी, 36 घंटे बाकी सी, 36 घंटे बाकी सी असेंबली दा टाइम। बिल्कुल बिल्कुल, जो तुसी सो चुकी हो, तुहाडा विरोध भी होया उत्थे, भी सो नहीं चुकनी चाहीदी, इन्हां नूं असीं मैंबर नहीं मानदे, विरोध होया सी कि नहीं होया सी? वो तो मेरी गल सुन, राइट्स है वो तो जड़ी मेरी गल हूँ। अगर पाकिस्तान दे विच नवाज शरीफ जरदारी का प्रोडक्शन आर्डर जारी होंदे, जड़ी कौमां दी चोर है, मेरे ते एक इल्जाम सी क्यों एक अकलीत का प्रोडक्शन आर्डर जारी नहीं होंदा? कम गिनती की वजह नाल, जिदे विच बाकायदे तौर मेरे को आर्डर है कि हाई कोर्ट ने बाकायदे तौर इहदे विच आर्डर कीता है, पेशावर हाई कोर्ट ने बाकायदा आर्डर किया कि इहदे कोल हलफ लो, अगर तुसीं हलफ नहीं लैंदे हो इहनूं असीं बुला लैने आ हाई कोर्ट, उहदे कोल हलफ उत्थे लिता जाएगा। अगर परवेज खटक उस टाइम मेरे नाल आउंदा या असद कैसर स्पीकर मेरे नाल आउंदा ते या कोई होर मिनिस्टर सी वो मेरे नाल आउंदे ते मैं उस टाइम हलफ नहीं चुक लैंदा? ਤੁਹਾਨੂੰ ਸੌਂਹ ਕਿਹਨੇ ਚੁਕਾਈ ਹੈ? ਪ੍ਰਵੇਸ਼ ਖਟਕ ਨੇ ਤੇ ਕੇਸਰ ਸਾਹਿਬ ਨੇ ਸੌਂਹ ਚੁਕਾਈ ਹੈ। ਕਿਸ ਚੀਜ਼ ਦੀ? ਜੋ ਤੁਸੀਂ ਮੈਂਬਰ ਬਣੇ ਹੋ, MPA ਬਣੇ ਹੋ, ਉਹਦੀ ਓਥ ਕਿਹਨੇ ਚੁਕਾਈ ਹੈ ਤੁਹਾਨੂੰ? ਓਥ ਮੇਰੇ ਕੇ ਉਸ ਟਾਈਮ ਸਪੀਕਰ ਸੀ ਅਸਦ ਕੇਸਰ ਸੀ, ਉਹਨੇ ਖਟਕ ਸਾਹਿਬ ਚੀਫ ਮਿਨਿਸਟਰ ਸੀ, ਉਹਨਾਂ ਨੇ ਸੌਂਹ ਚੁਕਾਈ? ਸੌਂਹ ਉਹਨਾਂ ਨੇ ਨਹੀਂ ਚੁੱਕਦੇ, ਇਹ ਜਿਹੜਾ ਸਪੀਕਰ ਚੁੱਕਦਾ ਹੈ। ਓਥ ਮੇਰੇ ਕੋਲ 27 ਤਾਰੀਖ ਨੂੰ ਉਹਨਾਂ ਦੀ ਸਹਿਮਤੀ ਸੀ, मेरी कोई पोजीशन नहीं सी MPA बनने की, मेरी कोई पोजीशन नहीं सी 36 घंटे। उसी दिन फाटा का बिल आया है, अगर कहें बलदेव नो या परवेज खटक ने असद कैसर ने, मुन किसी ने मेरा साथ नहीं दिता, मेरे रब दी जात ने मेरा साथ दिता, क्योंकि 27 नो फाटा दा बिल पास हो रहा है, फाटा नो जिम कर रहे हैं KPK दे विच। 27 मई 2018 KPK दे विच जिम कर रहे सन फाटा नो, ते फाटा नो जिस टाइम जिम कर रहे सन मैं गया, मैं नाल अपने लैके गया हूँ हाई कोर्ट की कापी, मैं क्या मैं बरी होया ठीक है तो मैं अपना हलफ चुकना, मेरे राइट सन। ਤੁਹਾਨੂੰ ਚੈਲੰਜ ਕਰ ਸਕਦੀ ਸੀ ਸਰਕਾਰ ਉਦੋਂ? ਕਦੋਂ ਚੈਲੰਜ ਕਰ ਸਕਦੀ ਸੀ ਵੀ ਇਹਨਾਂ ਨੂੰ ਮੈਂਬਰ ਨਾ ਬਣਾਇਆ ਜਾਵੇ? ਤੁਹਾਡਾ ਵਿਰੋਧ ਬੜਾ ਹੋਇਆ ਸੀਗਾ, ਮੈਂ ਕਿਹਾ ਸ਼ਾਇਦ ਅਸੈਂਬਲੀ ਵਿੱਚ ਤੁਹਾਡੇ ਵਿਰੁੱਧ ਜੁੱਤੀ ਵੀ ਮਰ ਗਈ ਸੀ ਅਰਬਾਬ ਵੱਲੋਂ। ਉਹੀ ਤਾਂ ਚੀਜ਼ ਹੈ, ਹਾਂ ਜੁੱਤੀ ਤੁਹਾਡੇ ਕੋਲ ਸੀ, ਉਹੀ ਤਾਂ ਚੀਜ਼ ਹੈ, ਕੌਣ ਪੁੱਛਣ ਵਾਲਾ ਹੈ ਫਿਰ ਸਿੱਖਾਂ ਦਾ? ਇੱਕ ਸਿੱਖ ਦੀ ਪਗੜੀ 'ਤੇ ਜੁੱਤੀ ਚੁੱਕੀ ਜਾਵੇ, ਕੌਣ ਪੁੱਛਣ ਵਾਲਾ ਹੈ? ਕੋਈ ਮਿਨੋਰਿਟੀ ਹੋ ਕੇ ਚੁੱਕ ਲਵਾਨਾ, ਹੁਣ ਮੈਂ ਮੰਨ ਲੈਣਾ। ਉਸ ਤੋਂ ਬਾਅਦ ਵਾਹਿਗੁਰੂ ਸ਼ਰਮਾਂਦਾ ਨੇ ਕਿਹੜੇ ਕਿਹੜਿਆਂ 'ਤੇ ਜੁੱਤੀਆਂ ਨਹੀਂ ਚੁੱਕੀਆਂ ਗਈਆਂ? ਖਾਨ ਸਾਹਿਬ 'ਤੇ ਵੀ ਜੁੱਤੀ ਉਸ ਤੋਂ ਬਾਅਦ ਚੁੱਕੀ ਗਈ, ਉਹ ਵਾਹਿਗੁਰੂ ਇਮਰਾਨ ਖਾਨ 'ਤੇ ਬਾਕਾਇਦਾ ਤੌਰ ਸਟ੍ਰਾਈਕ 'ਤੇ ਉੱਥੇ ਹੋਇਆ ਉਹਦੇ ਬਾਕਾਇਦਾ, ਨਵਾਜ਼ ਸ਼ਰੀਫ 'ਤੇ ਵੀ ਫਿਰ ਚੁੱਕੀ ਗਈ। ਨਹੀਂ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਘੱਟ ਗਿਣਤੀ ਕਰਕੇ ਜੁੱਤੀ ਚੁੱਕੀ ਗਈ, ਬਿਲਕੁਲ, ਇੱਕ ਪਾਸੇ ਤੁਸੀਂ ਕਹਿ ਰਹੇ ਇਮਰਾਨ ਖਾਨ ਦੇ ਵਿੱਚ ਚੱਕੀ ਗਈ, ਉਹ ਤਾਂ ਬਦਲਾ ਲੈਂਦੇ ਆ ਵਾਹਿਗੁਰੂ, ਉਹ ਪਹਿਲੇ ਕਹਿੰਦੇ ਸਨ
उस जहान दे विच बदला जाएगा, उस संसार दे विच बदला ले जाएगा। हुण तां कल जुगे हाथों हाथ निकलती पई है। पार्लियामेंट का मेंबर सवाल नहीं पैदा हो सकता कि मेंबर हो के वो इतनी गंदी स्टूपिड हरकत कर सके। उन्हें सिर्फ चुकाई गई है कि पैसे लेते सने। यही नाल बैठा सी सोरन का पुत्र सी रवि सी, जो हूँ एम पी ए बने। सोरन पुत्र कौन? रवि जिहड़ा अपने आप नूं सोरन दा पुत्तर कहिंदा है। अजय सिंह पुत्तर है या रवि? मैं कंफ्यूज हो गया थोड़ा। कहिंदा सोरन दा नहीं, गुलजारी दा जिहड़ा पुत्तर है। सॉरी, हाँ मैं उन्हें सोरन दा पुत्तर नहीं कहना, मैं सोरन दा पुत्तर इत्थे जिहड़ा है उहनूं कहना। वह भी अपने प्यो दे उस ते खफा सी। किहदा मुंडा? गुलजारी लाल दा। गुलजारी लाल दा। बलदेव जी, सवाल यह हैगा कि हुण तुसीं कह रहे हो कि इमरान खान ते भी जुत्ती चुकी गई, तुहाडे ते भी जुत्ती चुकी गई। मेरा सवाल वो नहीं है, मेरा सवाल यह है बलदेव जी। हाँ बिल्कुल बिल्कुल। तुसीं हुण पाकिस्तान विच कदे नहीं जाना चाहुंदे, जां तुहानूं कोई उत्थों इहो जी गरंटी चाहीदी है जिहदे करके तुसीं वापस जाओगे, जां कदे नहीं जाओगे? मेरी गल सुनो, पाकिस्तान में किस तरह जावां? मैं ISI नूं चैलेंज कर दिता उस दिन, वेख्या ने मैनूं पाकिस्तान तो जसील अलपुरिया, उदो इहदा की नाम है चावला है, गोपाल चावला, उन्हां दी धमकियां वेखियां। की धमकियां दे रहे तुहानूं? बहुत धमकियां मिलियां। की कहिंदे? ਇਹ ਤੂੰ ਉਹ ਕੀਤਾ, ਪਾਕਿਸਤਾਨ ਦੇ ਨਾਲ ਜ਼ਿਆਦਤੀ ਕੀਤੀ ਹੈ, ਤੈਨੂੰ ਪਾਕਿਸਤਾਨ ਨੇ ਪਾਸਪੋਰਟ ਦਿੱਤੇ। ਪਾਕਿਸਤਾਨ ਨੇ ਮੈਨੂੰ ਪਾਸਪੋਰਟ ਦਿੱਤੇ, ਮੇਰੇ ਰਾਈਟਸ ਸਨ। ਜਦੋਂ ਮੈਂ ਆਪਣੇ ਰਾਈਟਸ ਤੋਂ ਹੋਰ ਪੁੱਛ ਨਹੀਂ ਸਕਣਾ ਸਾਂ, ਮੈਂ ਭੱਜਣਾ ਹੀ ਸੀ। ਮੈਂ ਪਾਗਲ ਤਾਂ ਨਹੀਂ ਹੋਇਆ ਉੱਥੇ ਜਾ ਕੇ ਬੈਠਣਾ ਉਹਨਾਂ ਦੇ ਨਾਲ? ਤੁਸੀਂ ਜਿਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹਨਾਂ ਨੂੰ ਤੁਸੀਂ ਮਿਲਦੇ ਰਹੇ ਸੀ ਉੱਥੇ? ਕਿਹਨਾਂ ਨੂੰ? ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ, ਧਮਕੀਆਂ ਦਿੱਤੀਆਂ ਉਹਨਾਂ ਨੇ ਤੁਹਾਨੂੰ? ਬਾਕਾਇਦਾ ਗੁਰਦੁਆਰਾ ਪੰਜਾ ਸਾਹਿਬ ਵਿਸਾਖੀ, ਉੱਥੇ ਇਹ ਆਉਂਦੇ ਵਿਸਾਖੀ 'ਤੇ ਹੈ ਸਾਡਾ ਪੰਜਾ ਸਾਹਿਬ ਗੁਰਦੁਆਰਾ। ਹੋਰ ਕੋਈ ਪਾਸੇ ਲੋਕ ਨਹੀਂ ਜਾਂਦੇ। ਨਨਕਾਣਾ ਸਾਹਿਬ ਹੋ ਗਿਆ, ਪੰਜਾ ਸਾਹਿਬ ਹੋ ਗਿਆ, ਇੱਥੇ ਬਾਕਾਇਦਾ ਤੌਰ ਸਾਰੇ ਆਉਂਦੇ, ਸਾਰੇ ਇੱਕ ਦੂਜੇ ਨੂੰ ਮਿਲਦੇ। ਅਤੇ ਬਲਕਿ ਮੇਰੀ ਤਾਂ ਰਿਸਪੈਕਟ ਇਸ ਵਾਸਤੇ ਸਾਰੇ ਕਰ ਰਹੇ ਸਨ ਕਿ ਇੱਕ ਮੈਂਬਰ ਵੀ ਸਾਂ, ਅਤੇ ਨਾਲ ਅਸੀਂ ਮੈਂ ਸਾਰੀ ਉਮਰ ਗੁਰਦੁਆਰੇ ਵਾਸਤੇ ਲੜਿਆ। ਮੇਰੇ ਤਾਂ ਬਾਕਾਇਦਾ ਤੌਰ ਪੰਜਾ ਸਾਹਿਬ ਗੁਰਦੁਆਰਿਆਂ ਦੀ ਵਜ੍ਹਾ ਨਾਲ, ਲੜਾਈਆਂ ਦੀ ਵਜ੍ਹਾ ਨਾਲ ਕਿ ਗੁਰਦੁਆਰਿਆਂ ਦੇ ਵਿੱਚ ਜ਼ਬਰਦਸਤੀ ਇੱਕ ਦਿਨ ਮੈਂ ਕੇਅਰਟੇਕ ਕਰਨ ਨਾਲ ਤੂੰ ਮੈਂ ਕਰ ਲਿੱਤੀ। ਸਵਰਨ ਸਿੰਘ ਨਾਲ ਹੋਈ ਸੀ ਤੂੰ ਤੋਂ ਮੈਂ ਤੁਹਾਡੀ ਨਨਕਾਣਾ? ਕਿੱਥੇ? ਨਨਕਾਣਾ ਸਾਹਿਬ ਵਿੱਚ? ਨਨਕਾਣਾ ਸਾਹਿਬ ਵਿੱਚ ਤਾਂ ਉਹ ਵੀ ਬਹੁਤ ਹੋਈ ਸੀ। ਨਨਕਾਣਾ ਸਾਹਿਬ ਵਿੱਚ ਬਹੁਤ ਹੋਈ ਸੀ। ਉਹ ਵੀ ਪੱਗ ਵੀ ਲਾਤੀ ਸੀ ਸਵਰਨ ਸਿੰਘ ਦੀ, ਇਹ ਇਲਜ਼ਾਮ ਵੀ ਤੁਹਾਡੇ ਤੇ? ਨਹੀਂ, ਉਹ ਮੈਂ ਨਹੀਂ ਲਾਈ ਸੀ। ਇਹਨੂੰ ਕਿਸਨੇ ਜਿਹੜਾ ਮਾਰਿਆ ਸੀ ਉਹ ਉਹਨਾਂ ਨੂੰ ਪਤਾ ਹੋ ਸੀ, ਮੈਂ ਨਹੀਂ ਪੱਗ ਲੱਤੀ ਸੀ ਸਵਰਨ ਸਿੰਘ? ਨਹੀਂ ਨਹੀਂ ਨਹੀਂ। ਇੱਕ ਵਿਆਹ ਦੇ ਵਿੱਚ ਵੀ ਤੁਹਾਡੀ ਝੜਪ ਹੋਈ ਹੈ ਸਵਰਨ ਸਿੰਘ ਨਾਲ? ਹਾਂ, ਝੜਪ ਹੋਈ ਸੀ। ਡਰਿੰਕ ਕੀਤੀ ਸੀ ਸੋਰੰਗ ਸਿੰਘ ਨੇ, ਕੀਤੀ ਸੀ ਆ ਕੇ ਮੇਰੇ ਟੇਬਲ 'ਤੇ ਜ਼ਬਰਦਸਤੀ ਮੇਰੇ ਕੋਲ। ਤੁਹਾਡੇ ਉਹਨਾਂ ਮਾਮਲੇ 'ਚ ਵੀ ਪਰਚਾ ਹੋਇਆ ਕੋਈ, ਨਨਕਾਣਾ ਸਾਹਿਬ ਜਾਂ ਉਹ ਵਿਆਹ ਸਮਾਰੋਹ ਦਾ? ਉਹ ਮੈਨੂੰ ਨਹੀਂ ਪਤਾ ਕਿ ਫਿਰ ਹੋਇਆ ਕਿ ਨਹੀਂ ਹੋਇਆ ਉਸ ਟਾਈਮ, ਦੱਸਣਾ ਨਹੀਂ ਚਾਹੁੰਦੇ? ਨਹੀਂ, ਉਹ ਮੈਨੂੰ ਨਹੀਂ ਪਤਾ। ਉਹਦੇ ਵਿੱਚ FIR ਇਸ ਵਾਸਤੇ ਨਹੀਂ ਹੋਈ ਸੀ ਕਿਉਂਕਿ ਉਸਦੇ ਵਿੱਚ ਸਾਡੀ ਬਰਾਦਰੀ ਬੈਠ ਗਈ ਸੀ। ਮੇਰਾ ਸਾਡਾ ਰਿਸ਼ਤੇਦਾਰ ਹੈ ਬਾਲਕ ਰਾਮ, ਉਹ ਵੀ ਬੈਠ ਗਿਆ ਸੀ, ਉਹਦੇ ਪੁੱਤਰ ਦੇ ਵਿਆਹ ਸੀ। ਅਤੇ ਦੂਜੇ ਵਿਆਹ ਲੜਾਈ ਦੇ ਵਿੱਚ ਵੀ ਸੰਗਤ ਬੈਠ ਗਈ ਸੀ ਕਿ ਨਹੀਂ ਸੁਰਨ ਤੋਂ ਗਲਤ ਸਮਝੌਤਾ ਕਰਾ ਦਿੱਤਾ ਸੀ, ਕੋਈ ਨਹੀਂ ਸੀ। ਅਤੇ ਜਦੋਂ ਆਹ ਵਾਲਾ ਮਰਡਰ ਕੇਸ ਤੁਹਾਡੇ 'ਤੇ ਪੈਂਦਾ, ਮਰਡਰ ਕੇਸ ਵਿੱਚ ਵੀ ਸਮਝੌਤਾ ਕਰਨ ਦੀ ਕੋਸ਼ਿਸ਼ ਹੋਈ ਸੀ? ਬਿਲਕੁਲ ਬਿਲਕੁਲ, ਉਹ ਤਾਂ ਬਿਰਾਦਰੀ, ਉਹਨਾਂ ਨੇ ਕਿਹਾ ਉਹਨਾਂ ਨੂੰ ਕਿ ਬਲਦੇਵ ਆ ਜਾ ਸੀ, ਤੁਸੀਂ ਨਾ ਕਸਮਾ ਚੁੱਕ ਲਿਆ ਸੀ, ਅਗਰ ਹਾਂ ਉਹਨੇ ਕੰਮ ਕੀਤਾ ਤਾਂ ਤੁਸੀਂ ਆਪਣੇ ਸਾਹਮਣੇ ਲੈ ਜਾਓ, ਉਸ ਮਾਰ ਲਓ, ਉਸ ਗੋਲੀ ਮਾਰ ਲਓ। ਇਹਨਾਂ ਨਹੀਂ ਮੰਨਦੇ ਸਨ, ਇਹਨਾਂ ਨੇ ਕਹਿੰਦੇ ਸਨ ਸਾਨੂੰ ਹਕੂਮਤ 'ਤੇ ਵਿਸ਼ਵਾਸ ਹੈ, ਅਸੀਂ ਕੇਸ ਨਹੀਂ ਕਰ ਰਹੇ, ਹਕੂਮਤ ਕਰ ਰਹੀ ਹੈ। ਹਕੂਮਤ ਨੇ ਕੇਸ ਕੀਤਾ ਸੀ ਤੁਹਾਡੇ? ਹਾਂ। ਅਤੇ ਹਕੂਮਤ ਨੇ ਉਦੋਂ ਬਾਅਦ ਵੀ ਕੇਸ ਕੀਤਾ 2018 ਵਿੱਚ ਤੁਸੀਂ ਰਿਹਾ ਹੋਗੇ ਕਿ ਹਕੂਮਤ ਨੇ ਉਦੋਂ ਛੱਡ? ਅਗਰ ਕੇਸ ਹੁੰਦਾ ਕੈਪੀ ਵੀਰ, ਅਗਰ ਉਹ ਕੇਸ ਹੁੰਦਾ ਤਾਂ ਮੈਂ ਨਿਕਲ ਆਉਂਦਾ ਕਿਸ ਤਰ੍ਹਾਂ, ਇਹ ਵੀ ਦੱਸੋ ਨਾ। ਨਹੀਂ, ਫਿਰ ਤਾਂ ਕੇਸ ਕਿਉਂ ਨਹੀਂ ਕੀਤਾ ਫਿਰ ਜਦੋਂ ਉਦੋਂ ਹਕੂਮਤ ਤੁਹਾਡੇ ਖਿਲਾਫ਼ ਸੀ? ਇਨਸਦਾਦੀ ਦਹਿਸ਼ਤਗਰਦੀ ਦੀ ਅਦਾਲਤ ਬਾਹਰ ਹੋਣੀ, ਇਨਸਦਾਦੀ ਹਾਂ ਹਕੂਮਤ ਨੇ ਤੁਹਾਡੇ 'ਤੇ ਉਦੋਂ ਕੇਸ ਕੀਤਾ, ਹਾਂ ਸਟੇਟ ਵਰਸਸ ਕੇਸ ਸੀਗਾ, ਹਕੂਮਤ ਨੇ ਉਸ ਤੋਂ ਬਾਅਦ ਕੇਸ ਕਿਉਂ ਨਹੀਂ ਕੀਤਾ, ਉਸ ਨੂੰ ਐਂਟੀ ਟੈਰਰਿਜ਼ਮ ਕੋਰਟ ਨੂੰ ਚੈਲੰਜ ਕਿਉਂ ਨਹੀਂ ਕੀਤਾ ਉਸ ਫੈਸਲੇ ਨੂੰ? ਉਹ ਤਾਂ ਮੇਰਾ ਕੰਮ ਨਹੀਂ ਹੈ ਵੀਰ, ਉਹ ਤਾਂ ਹਕੂਮਤ ਦਾ ਕੰਮ ਹੈ। ਹਕੂਮਤ ਨੇ ਵੇਖਿਆ ਹੋ ਸੀ, ਉਹਨਾਂ ਵੇਖਿਆ ਹੋ ਸੀ ਕਿਉਂਕਿ ਉਹਨਾਂ ਨੇ ਜਿਹੜੇ ਇਨਾਮ ਦਿੱਤੇ ਸਨ, ਜਿਹੜੇ ਚੀਜ਼ਾਂ ਕੀਤੀਆਂ ਸਨ, ਇਨਾਮ ਕਿਹਨੇ? ਪੁਲਿਸ ਵਾਲਿਆਂ ਨੂੰ। ਪੁਲਿਸ ਵਾਲਿਆਂ ਨੂੰ ਕਿਹਨੇ? ਦੋ ਪੁਲਿਸ ਵਾਲੇ ਸੀ, ਕਿੰਨਿਆਂ ਨੂੰ ਸਨਮਾਨਿਤ ਕੀਤਾ ਸੀ ਉਹਨਾਂ ਨੇ?
ਬਹੁਤ ਸਾਰਿਆਂ ਨੂੰ ਪੈਸੇ ਦਿੱਤੇ ਸਨ। ਠੀਕ ਹੈ, ਉਹ ਮੇਰਾ ਕੰਮ ਨਹੀਂ ਸੀ, ਉਹ ਉਹਨਾਂ ਦਾ ਕੰਮ ਸੀ ਕਿ ਕਿਹੜੇ ਤਰੀਕੇ ਨਾਲ ਉਹਨਾਂ ਨੇ ਕਰਨਾ ਹੈ। ਹਕੂਮਤ ਦਾ ਕੰਮ ਸੀ, ਮੈਂ ਆਪਣਾ ਮੇਰਾ ਕੰਮ ਸੀ ਸਿਰਫ। ਅੱਛਾ, ਮੈਂ ਇਹ ਵੀ ਦੱਸਾਂ, ਇਹ ਵੀ ਛੋਟੀ ਜਿਹੀ ਚੀਜ਼ ਵੇਖ ਲਓ। ਇਹਦੇ ਵਿੱਚ ਬਾਕਾਇਦਾ ਤੌਰ ਮੈਂ ਦੱਸਦੇ ਸੀ, ਇਹਦੇ ਵਿੱਚ ਲਿਖਿਆ ਕਿ ਇਸ ਨੂੰ ਟਾਰਗੇਟ ਕਿਲਨ ਕੀਤਾ ਗਿਆ, ਅਤੇ ਇਹਦੇ ਵਿੱਚ ਇੱਕ ਤਨਜ਼ੀਮ ਜਿਹੜੀ ਟੈਰਰਿਸਟ ਤਨਜ਼ੀਮ ਹੈ ਉਹ ਬਾਕਾਇਦਾ ਤੌਰ ਇਹਦੇ ਵਿੱਚ ਕਹਿੰਦੀ ਹੈ ਕਿ ਅਸੀਂ ਟਾਰਗੇਟ ਕਰਕੇ ਸਾਡਾ ਬੰਦਾ ਸਾਡੇ ਕੋਲ ਪਹੁੰਚ ਆਇਆ। ਜਿਹਾਦੀ ਤਨਜ਼ੀਮ ਕੱਲ੍ਹ ਨੂੰ ਬਿਆਨ ਆਉਂਦਾ ਹੈ। ਕਿੰਨੇ ਮਰਵਾਇਆ? ਕਿੰਨੇ? 24 ਅਪ੍ਰੈਲ। ਸੂਰਨ ਸਿੰਘ ਨੂੰ ਮਰਵਾਇਆ ਕਿੰਨੇ ਸੀ? ਬਸ ਉਹ ਆਪਣੇ ਆਪਣੇ ਉਹਨਾਂ ਨੇ ਵੇਖਣ ਪਈ ਜਿਹਨੇ ਨੇ ਮਰਵਾਇਆ ਸਾਡਾ ਸਾਡਾ ਨਹੀਂ, ਬਹੁਤ ਅੱਛਾ ਬੰਦਾ ਸੀ, ਰਾਈਟਸ ਚੁੱਕਦਾ ਸੀ ਅਕਲੀਅਤ ਦੇ। ਤੁਹਾਡੀ ਗੱਲ ਹਕੀਕਤ ਹਕੀਕਤ ਹਾਂ, ਮੇਰੀ ਗੱਲ ਮੇਰੇ ਨਾਲ। ਮੈਂ ਜਦੋਂ ਦਰਗਾਹ ਸਾਹਿਬ ਦੇ ਜਦੋਂ ਬੋਰਡ ਲਗਾ ਰਿਹਾ ਸੀ, 32 ਲੱਖ ਰੁਪਏ ਦਾ ਬੋਰਡ ਸੀ। ਪੀਰ ਰਤਨ ਨਾਥ ਦਰਗਾਹ ਸਾਹਿਬ ਦੇ ਵੱਡੇ ਇਸ ਦੇ ਵਿੱਚ ਗਵਾਹ ਹਨ। 32 ਲੱਖ ਰੁਪਏ ਦਾ ਬੋਰਡ ਲਗਾ ਰਹੇ ਸੀ। ਮੈਂ ਗਿਆ, ਮੈਂ ਕਿਹਾ ਸੁਰਨਵੀਰ, ਮੈਂ ਕਿਹਾ ਖਾਨ ਸਾਹਿਬ ਨੇ ਆਖਿਆ ਕਿ ਹੱਕ ਤਾਂ ਪੁੱਛਣਾ ਹੈ। ਇਮਰਾਨ ਖਾਨ ਨੇ ਕਿਹਾ ਕਿ ਹੱਕ ਤਾਂ ਪੁੱਛਣਾ ਹੈ, ਅਤੇ ਇਹ ਜਿਹੜਾ ਤੁਸੀਂ 13 ਲੱਖ ਦਾ ਬੋਰਡ ਲਗਾ ਰਹੇ ਹੋ, ਇਹ 32 ਲੱਖ ਰੁਪਏ ਨੇ। ਤੁਸੀਂ ਇਹਦੇ 'ਤੇ ਦਰਗਾਹ ਦੇ ਵਿੱਚ 13 ਲੱਖ 'ਤੇ ਲਗਾਉਂਦੇ ਹੋ ਬੋਰਡ 32 ਲੱਖ ਦਾ। ਦਰਗਾਹ ਪੀਰ ਰਤਨ ਨਾਥ ਦੀ ਇੱਥੇ ਵੀ ਬ੍ਰਾਂਚ ਹੈ, ਇੱਥੇ ਵੀ ਹੈ ਦਿੱਲੀ, ਉਹਦੇ ਕੋਲ ਮਾਲੂਮਾਤ ਕਰ ਸਕਦੇ ਹੋ। ਇਹਨਾਂ ਨੂੰ ਕਿਹਾ ਮੈਂ ਕਿਹਾ ਵੀਰ, ਮੈਂ ਕਿਹਾ ਖਫਾ ਨਹੀਂ ਹੋਣਾ, ਅੱਜ ਬੋਰਡ ਨਾ ਲਗਾ, ਕੱਲ੍ਹ ਕਰ ਲੈਣੇ। ਇਹਨੇ ਕਿਹਾ ਬਲਦੇਵ ਮੈਂ ਬੋਰਡ ਨਹੀਂ ਲਾਉਣਾ, ਮੈਂ ਅਰਦਾਸ ਕਰਕੇ ਨਿਕਲ ਜਾਣਾ ਦਰਗਾਹ ਤੋਂ। ਠੀਕ ਹੈ, ਕਿਉਂਕਿ ਮਸਲਾ ਮੈਂ ਕਿਹਾ, ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿ ਡਿਪਾਰਟਮੈਂਟ ਦੇ ਵਿੱਚ ਖਾ ਰਹੇ ਫਲਾਣਾ, ਉਹ ਕਹਿੰਦਾ ਫਲਾਣਾ ਖਾ ਰਹੇ ਫਲਾਣਾ ਖਾ ਰਹੇ। ਮੈਂ ਖੈਰ, ਮੈਂ ਕਿਹਾ ਮੇਰਾ ਹੋਰ ਕੰਮ ਨਹੀਂ, ਮੈਂ ਕਿਹਾ ਮੈਂ ਤੇਰੇ ਕੋਲ ਇਹੀ ਪੁੱਛਣਾ ਸੀ, ਬਸ ਪੁੱਛ ਲਿੱਤਾ। ਕਿਉਂਕਿ ਉੱਥੇ ਅਗਰ ਤੂੰ ਪੁੱਛੇਗਾ ਰਾਈਟਸ ਤਾਂ ਪੁੱਛੇਗਾ। ਜ਼ਿੰਦਗੀਆਂ ਬਰਬਾਦ ਕਰਾਂ? ਬਸ ਹੈ ਉਹਨਾਂ ਨੂੰ, ਹਕੀਕਤ ਹੈ। ਮਗਰ ਮੈਂ ਉਹਨਾਂ ਵਾਸਤੇ ਮੈਂ ਦੱਸ ਰਹੀ ਹਾਂ, ਮੈਂ ਕੁਰਬਾਨੀ ਦੇ ਰਹੀ। ਅਤੇ ਜਿਹੜਾ ਬੰਦਾ ਕਹਿੰਦੇ ਬਲਦੇਵ ਕੁਮਾਰ ਬਲਦੇਵ ਸਿੰਘ ਹੁਣ ਬਣੇ, ਠੀਕ ਹੈ, 2018 ਸਿੱਖ ਰਿਲੀਜੀਅਨਸ ਲਿਖਣਾ, ਮਜ਼ਹਬ ਧਰਮ ਲਿਖਣਾ ਕਿ ਬਲਦੇਵ 2018 ਦੇ ਸਿਰਫ ਕੇਸ ਛੋੜੇ ਨੇ, ਇਹ ਕੇਸ ਜਿਹੜੇ ਨਾ ਇਹ ਮੈਂ 2017-18 ਦੇ ਵਿੱਚ ਛੋੜੇ ਨੇ। 2018 ਜੋ ਤੁਸੀਂ ਜੇਲ੍ਹ ਤੋਂ, ਠੀਕ ਹੈ, ਇਹਦੇ ਵਿੱਚ ਮੈਂ ਤੁਹਾਨੂੰ ਇੱਕ ਤਸਵੀਰ ਹੈਗੀ ਤੁਹਾਡੀ, ਠੀਕ ਹੈ ਮੇਰੇ ਸਾਰੇ ਨੈਟ ਸਾਰੀ ਤਸਵੀਰਾਂ ਬਿਲਕੁਲ, ਅਤੇ ਇਹ ਵੀ ਵੇਖੋ ਇਹ ਜਦੋਂ ਧਰਨੇ ਵਾਸਤੇ ਜਾ ਰਹੇ ਸਨ। ਅਤੇ ਤੁਸੀਂ 2018 ਵਿੱਚ ਇਸ ਸਰੂਪ ਵਿੱਚ ਆਏ ਹੋ? ਹਾਂ, 2018 'ਚ ਜਦੋਂ ਜੇਲ੍ਹ ਤੋਂ ਬਾਹਰ ਆਏ ਹੋ ਤੁਸੀਂ। ਹਾਂ, ਇਹ ਵੇਖੋ, ਇੱਕ ਲੋਕ ਇਹ ਵੀ ਚਰਚਾ ਕਰਦੇ ਪਏ ਉੱਧਰ, ਤੁਹਾਡੇ ਉੱਧਰ ਕਈ ਹਵਾਲਿਆਂ ਦੇ ਨਾਲ ਇਹ ਖਬਰਾਂ ਵੀ ਲੱਗਦੀਆਂ ਪਈਆਂ ਕਿ ਤੁਹਾਨੂੰ ਕਿਸੇ ਨੇ ਸਲਾਹ ਦਿੱਤੀ ਸੀ ਕਿ ਇਸ ਸਰੂਪ ਵਿੱਚ ਆ ਜਾਓ ਅਤੇ ਇੱਧਰ ਮਾਨ ਸਤਿਕਾਰ ਬਹੁਤ ਹੋਊਗਾ, ਸਾਰੇ ਕਿਤੇ ਮਾਨ ਸਤਿਕਾਰ ਹੋਊਗਾ, ਇਹ ਕੋਈ ਗੱਲ ਵਿੱਚ ਸੱਚਾਈ ਹੈ? ਸੱਚਾਈ ਤਾਂ ਇਹ ਹੈ ਨਾ ਕਿ ਮੇਰਾ ਵਾਹਿਗੁਰੂ ਗਵਾਹ ਹੈ ਇਸ ਗੱਲ 'ਤੇ ਕਿ ਪੀ ਵੀਰ, ਕਿ ਜਿਸ ਟਾਈਮ ਹਾਈ ਕੋਰਟ ਦਾ ਜੱਜ ਸੀ, ਸੁਪਰੀਮ ਕੋਰਟ ਦਾ ਜੱਜ ਸੀ, ਉਹ ਆਇਆ ਅਤੇ ਮੈਂ ਅਰਦਾਸ ਕਰ ਰਿਹਾ ਸੀ, ਮੈਂ ਖਲੋਤਾ ਸਾਂ, ਮੈਂ ਪਾਠ ਕਰਕੇ ਅਰਦਾਸ ਕਰ ਰਿਹਾ ਸਾਂ, ਅਤੇ ਪੁਲਿਸ ਵਾਲਾ ਆਇਆ, ਮੈਨੂੰ ਕਹਿੰਦਾ ਬੈਠ ਜਾ, ਮੈਂ ਨਹੀਂ ਬੈਠਿਆ, ਮੈਂ ਖਲੋਤਾ ਰਿਹਾ ਕਿਉਂਕਿ ਮੈਂ ਅਰਦਾਸ ਕਰ ਰਿਹਾ ਸੀ। ਦੂਸਰਾ ਉਸਨੂੰ ਕਹਿੰਦੇ ਦੁਆ ਕਰਦਾ ਪਿਆ, ਨਾ ਕਰੋ। ਜੱਜ ਨੇ ਆਵਾਜ਼ ਮਾਰੀ, ਸਰਦਾਰ ਜੀ ਆਪਕਾ ਕਿਆ ਕੇਸ ਹੈ? ਮੈਂ ਕਿਹਾ ਸਰ, ਮੈਂ ਕਿਹਾ ਮੇਰਾ ਉਹ ਸੁਰਨ ਸਿੰਘ, ਡਾਕਟਰ ਸੁਰਨ ਸਿੰਘ ਕੇ ਕਤਲ, ਉਹ ਅਭੀ ਤੱਕ ਖਤਮ ਨਹੀਂ ਹੋਇਆ ਡਰਾਮਾ। ਮੈਂ ਕਿਹਾ ਜੀ ਨਹੀਂ, ਮੈਂ ਕਿਹਾ ਸਤਾਰਾ, ਹਾਂ ਬਾਕਾਇਦਾ ਤੌਰ ਸਾਰਿਆਂ ਨੂੰ ਪਤਾ ਸੀ, ਸਾਰਿਆਂ ਨੂੰ ਪਤਾ ਸੀ 17 ਮਹੀਨੇ ਗੁਜ਼ਰ ਗਏ। ਮੈਂ ਕਿਹਾ ਜੱਜ ਸਾਹਿਬ 17 ਮਹੀਨੇ ਗੁਜ਼ਰ ਗਏ, ਇਸ ਕੇਸ ਦੇ ਵਿੱਚ ਕੋਈ ਪੇਸ਼ਰਫਤ ਨਹੀਂ ਹੋ ਰਹੀ। ਉਹਨੂੰ ਕਹਿੰਦੇ ਕਿਉਂ? ਮੈਂ ਕਿਹਾ ਜੀ ਜਦੋਂ
अच्छा इलां नहीं कहंदे परवेज़ खटक ने तो इतना साथ दिता इलां दा कि जो केस होंदा सी उस टाइम ये आ जाते सन तो मोबाइल इलां को बाकायदा होंदा सी ATC दी अदालत दे अंदर मोबाइल होंदा सी जज ते इतना प्रेशर सी इलां दा ठीक है तो कहंदा क्यों मैं क्या जी मैं क्या इहदे विच परवेज़ खटक फोन करवा रहे हैं इलां से सियासी मुदाखलत हो रही मैं क्या मेरे केस तो सियासी मुदाखलत ख़त्म करो अच्छा मैं भी जज को वो करता हूँ फिर उन्हें लैटर बाकायदा मैं अपने एप्लीकेशन दी जज ने उन्हें फिर 17 महीने मेरा केस जोड़ा केस 17 महीने हल नहीं हो 3 महीने सिर्फ हल हो गया क्योंकि जो पांच लोग थोड़े तो होर फटे से इन्होंने हाँ हाँ वो पांच लोगों ना तुसी पहला जानते से उन्होंने नहीं उद्देश्य में एक बंदे नो जान किन्नो आलम खान नो आलम खान नो तो आलम जानते से आलम खान नो मैं पुराना इतना पुराना नहीं जानना सा इन्हों मैं लेके आ रहा है सब PTI दे मेरा चैलेंज बनाया सी वो केड़ी पार्टी सी ओ तो मुस्लिम लीग PML सी ओ PML नून दे विच मैं उन्हों लेके आ रहा है PTI दे विच ओ दे ना अच्छा वो भी एक बंदा अपना कारोबार कर दे वो कर दे मेरी बाकायदा तौर उस ना बहुत ज़्यादा अच्छी दोस्ती हो गई भरावली हो गई वो माने वो पिछे ड्रामा बन गया उन्हें फलाना कर दिता तो उजरती पैसे दिता है कर रहा हो गए सारे रहा हो गए नहीं उस तो बाद आलम खान का कॉन्टैक्ट होया नहीं 2018 तो मेरा किसी ना नहीं होता तो हूँ उन्होंने केस चलता पे वो भी इस केस इन्वॉल्व है जो हाँ वो भी इस केस के इन्वॉल्व तो पंजे जाने फिर समनिंग उन्होंने भी हुई होगी तो होवे ओ समझन होन मुसलमान समझन ते ओला दे काम समझन ओला ने अपने आप नो बचा सके तो वो लगदे भी वो कातिल होंगे सुरन सिंह दे नहीं वो पंजे नहीं लगदे नहीं मन नहीं लगदे वो भी गलत फसाए अगर होंदे ते सजावार मैं ही ना आंदा ते फिर उन्होंने की बनो तुसी तां छड्ड के आ गए उन्होंने तुसी फिर हक दी आवाज उठांदे ना उन्होंने लई भी कौन ਉਹਨਾਂ ਲਈ ਵੀ ਹੱਕ ਦੀ ਆਵਾਜ਼ ਕੱਢਦੇ ਮੈਂ ਆਪਣੇ ਆਪ ਨੇ ਨਹੀਂ ਬਚਾ ਸਕਣਾ ਮੈਂ ਉਹਨਾਂ ਸੀ ਮੈਂ ਪਾਗਲ ਦਾ ਪੁੱਤਾਂ ਨਾ ਕਿਉਂ ਉੱਥੇ ਰਹਾਂ ਤੁਹਾਨੂੰ ਲੱਗਦਾ ਵੀ ਆਲਮ ਖਾਨ ਹਰੀ ਫਸ ਜਾਣਗੇ ਇਸ ਸਾਨੂੰ ਜੋ ਫਸ ਦੇਣ ਪਾਏ ਉਹ ਉਹਨਾਂ ਨੇ ਮੁਸਲਮਾਨ ਸਮਝਣ ਤੇ ਉਹਨਾਂ ਨਹੀਂ ਸਮਝਣ ਮੇਰਾ ਉਸ ਦੇ ਵਿੱਚ ਕੁਝ ਕੰਮ ਨਹੀਂ ਇਹ ਕਤਲ ਜੁਮੇ ਦੇ ਦਿਨ ਹੋਇਆ ਸੀਗਾ ਹਾਂ ਸ਼ਾਇਦ ਜੁਮੇ ਦੀ ਰਾਤ ਸੀ ਜੁਮੇ ਸ਼ਾਮ ਤੇ ਮੈਂ ਬਰੀਕੋਟ ਦੇ ਵਿੱਚ ਸਾਂ ਮੇਰਾ ਮਾਸੀ ਦਾ ਮੁੰਡਾ ਹੈ ਮੈਂ ਤੇ ਉਹ ਘੱਟੇ ਸਾਂ ਤੇ ਉਹਦੇ ਬਾਵਜੂਦ ਇਹਨਾਂ ਨਹੀਂ ਕਹਿੰਦੇ ਸਨ ਤੂੰ ਪੀਰ ਬਾਬਾ ਹੈ ਤੇ ਵੇਖੋ एक गल मेरी याद रखो जितना मैं जेल रहा ना जेल की स्टोरी मेरी अगर सुन लेती ने ना तो ना रोए जेल की कहते थे जेल दे विच कम अज कम 6 महीने तक सानू चिक्कियां दे विच बंद किया सने कि मुँह तो गल ना निकले मैं जिस टाइम जज को गया ना मेरी ए सारी जगह ए बॉडी सारी करंट लाते सन 14 दिन मैं कस्टडी के दौरान मैं वाहगुरु की सौ हर इस तरह दिन ना आता अकेले नहीं मैं राति कहते तू मुसलमान हो जा अस तेन कैस तो कड़ लैने मैं क्या नहीं हाँ मुसलमान हो जा कैस तो कड़ लैने तो ओलन कहते सन ओलन ही भी मैं कहते सन सारे मैं कहते सन नहीं जे आलम खान नहीं तो मुसलमान से हाँ क्यों फड़िया अपनी प्लेट ना हो खाने की फिर उस तो बाद मैं अपने आप ने एडजस्ट करके 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 आके कदों एक ना बैठा कदों दूई ना बैठा कदों मैं अपनी सेवा भी की है बहुत बहुत जालिम पर अगर गए हो ना वाहगुरु वे खावा ने ना तुम 2018 तो बाद जो तुम वापस आए हो अप्रैल 2018 उस तो बाद भी तुम खतरा रहा 2019 तक हूँ तक कि हाँ बिल्कुल बिल्कुल मैं निकलिया ही नहीं हाँ मैं ना कोई काम स्टार्ट किया ना कुछ ये किया उल्टा अपने पैसे खा दे गुरुद्वारा पंजा साहब आना सा पूछ सकते हो उदो सिक्योरिटी रखी थी उसी के नाल कितने 2018 तो 2019 तक कोई सिक्योरिटी ना 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 मैं सिक्योरिटी अपने आप को मरवाना सा सिक्योरिटी तो उत्थे इस तरह है जिस तरह अगर बारूद अपने नाल रखे नहीं सिक्योरिटी तुहाडा मतलब है वो इनफॉर्म करते सी वो सब कुछ वो हुण मैं वो तरीका तो नहीं कर सकना सर नहीं हुण तुहानू कई लोग है जिहड़े वो शक दी नज़र नाल देखते पे तुसी कोई साजिश दे तहत इत्थे आए हो कोई तुहाडे ते शक कीता जा रहा है इत्थे भी असीं एक दो बयान सुने तुसी भी सुने होंगे हाँ वो तो एजेंसियां हैं ठीक है ते उन्होंने अपनी क्लीयरेंस कर लो मन ले चीजें दी कोई तो शक दिया ना क्यों देखा जा रहा है जाहिर ही गल है जड़े जड़े जिन्हों वाहगुरु इज्जत देंदा है
ਉਹਨੂੰ ਵਾਹਿਗੁਰੂ ਇੱਜ਼ਤ ਦਿੰਦੇ। ਅਗਰ ਮੇਰੇ 'ਤੇ ਸ਼ੱਕ ਨਾ ਕਰਦੇ ਤਾਂ ਮੈਨੂੰ ਅੱਜ ਜਸੀ ਤੁਸੀਂ ਦੇ ਚੈਨਲ ਕਿਸ ਤਰ੍ਹਾਂ ਆਉਂਦਾ। ਸਾਰੇ ਕਹਿੰਦੇ ਆ ਕਿ ਬਲਦੇਵ ਜੀ ਨੇ ਇੱਕ ਚੋਲਾ ਪਾ ਲਿਆ ਧਰਮ ਦਾ ਤੇ ਉਸ ਚੋਲੇ ਦੇ ਤਹਿਤ ਆਪਦੇ ਆਪ ਨੂੰ ਚੋਲਾ ਮੈਂ ਤੁਹਾਨੂੰ ਧਰਮ ਦੀ ਚੋਲੀ ਦੀ ਗੱਲ ਦੱਸਣਾ। ਮੈਂ ਚੋਲਾ ਪਾਏ ਇਹ ਵੇਖੋ ਇਹ ਕੀ ਲਿਖਿਆ ਕੀ ਹੈ, ਆਪੇ ਪੜ੍ਹ ਲਓ, ਇਹ ਮੀਡੀਆ ਦੇ ਸਾਹਮਣੇ ਅੱਖਾਂ ਤੋਂ ਲੋਕਾਂ ਦੇ ਹਟਾ ਦਿਓ। ਕੀ ਲਿਖਿਆ? ਦਿਸ ਇਜ਼ ਟੂ ਸਰਟੀਫਾਈਡ ਦੈਟ ਮਿਸਟਰ ਬਲਦੇਵ ਕੁਮਾਰ ਸਨ ਆਫ ਨਾਨਕ ਚੰਦ ਰੈਜ਼ੀਡੈਂਟ ਆਫ ਬਰੀਕੋਟ ਡਿਸਟ੍ਰਿਕਟ ਸਵਾਤ ਬਿਲੋਂਗਸ ਟੂ ਦਾ ਮਨਿਓਰਟੀ ਕਾਸਟ ਆਫ ਸਿੱਖ। ਇਹ ਸਰਟੀਫਿਕੇਟ ਆ 23-2 ਕੀ ਸਿੱਖ ਹੈ ਧਰਮ ਕੀ ਲਿਖਿਆ ਨੇ 23-2-1995 ਦਾ ਇਹ ਤੁਹਾਨੂੰ। ਹਾਂ ਤੂੰ ਸਾਰੇ ਕਹਿ ਰਹੇ ਤੁਸੀਂ 2018 'ਚ ਸਰਦਾਰ ਬਣੇ। ਮੈਂ ਤੁਹਾਨੂੰ ਕਿਹਾ ਮੈਂ ਕੇਸ ਛੱਡਣ, ਇਹ ਵੇਖੋ ਇਹ ਮਨਿਓਰਟੀ ਸਰਟੀਫਿਕੇਟ ਓਰੀਜਨਲ ਹੈ ਕਿਉਂਕਿ ਮੈਨੂੰ ਪਤਾ ਨਹੀਂ ਉੱਧਰ ਬਤਾ। ਇਹ ਵੇਖੋ ਮੇਰੇ ਵੀਰ ਕਿਉਂਕਿ ਤੁਸੀਂ ਤਾਂ ਲਾ ਮੇਕਰ ਰਹੇ ਹੋ। ਹਾਂ ਬਿਲਕੁਲ, ਇਹ ਵੇਖੋ 22-2-2095 ਹੈ ਕਿ ਨਹੀਂ। ਪਹਿਲਾਂ ਫਿਰ ਸਿੱਖ ਕਿਉਂ ਡਿਕਲੇਅਰ ਕਰਦਾ ਤੁਸੀਂ ਆਪ ਹੀ ਕਿ 2018 'ਚ ਮੈਂ ਕੇਸ ਰੱਖਿਆ। ਕੇਸ ਮੈਂ ਰੱਖੇ? ਅਸੀਂ ਮੋਨਾ ਸਿੱਖ ਹੈ, ਅਸੀਂ ਪਾਕਿਸਤਾਨ ਦੇ। ਇਹ ਹੁਣ ਇਹ ਵੀ ਕੀ ਕਹਿੰਦੇ ਉਧਰ ਮੋਨਾ ਸਿੱਖ ਜਾਂ ਸਹਿਬ? ਮੋਨਾ ਸਿੱਖ। ਅੱਛਾ, ਅਸੀਂ ਆਪਣੇ ਆਪ ਨੂੰ ਉੱਥੇ ਮੋਨਾ ਪਰਿਵਾਰ ਚੋਂ ਇਕੱਲੇ ਹੀ ਮੋਨਾ ਸਿੱਖ ਜਾਂ ਹੁਣ ਸਾਰਾ ਪਰਿਵਾਰ? ਸਾਰਾ ਪਰਿਵਾਰ ਹੈ ਉਹ, ਬਾਕੀ ਕਿਸੇ ਨੇ? ਸਾਡੇ ਘਰ ਗੁਰੂ ਗ੍ਰੰਥ ਸਾਹਿਬ ਵੀ ਪਿਆ ਹੈ ਬਾਕਾਇਦਾ ਤੌਰ। ਬਾਕੀ ਕਿਸੇ ਨੇ ਕੇਸ ਰੱਖਿਆ ਪਰਿਵਾਰ 'ਚ? ਨਹੀਂ, ਬਾਕੀ ਕਿਸੇ ਨੇ ਵੀ ਨਹੀਂ ਰੱਖਿਆ। ਜਦੋਂ ਸਖਤੀ ਆਉਂਦੀ ਹੈ ਵਾਹਿਗੁਰੂ ਯਾਦ ਆਉਂਦਾ ਹੈ। ਇਹ ਵੇਖ ਲਓ, ਇਹ ਮੀਡੀਆ ਦੇ ਸਾਹਮਣੇ ਮੈਂ ਲੈ ਕੇ ਆ ਰਿਹਾ ਕਿ 1900 ਕਿਤਨੇ ਦੇ, 95 ਦੇ। ਇਹ ਤੁਹਾਡੀ ਮਾਰਕਸ਼ੀਟ ਹੈ? ਹਾਂ, ਇਹ ਮੇਰੀ ਮਾਰਕਸ਼ੀਟ ਹੈ। ਇਹ ਮਾਰਕਸ਼ੀਟ, ਇਹ ਵੇਖੋ ਹੁਣ ਇਹ ਕੀ ਹੈ। ਮੈਂ ਅਗਰ ਆਪਣੀ, ਚਲੋ ਮੈਂ ਇਸ ਸਬੂਤ ਨੂੰ, ਮੈਂ ਤਾਂ ਉਹ ਨਹੀਂ ਕਹਿ ਸਕਦਾ ਕਿ ਬਿਲਕੁਲ ਸਹੀ ਹੋਊਗਾ, ਪਰ ਜੇ ਤੁਸੀਂ ਦਾਅਵਾ ਕਰ ਰਹੇ ਹੋ ਤੁਹਾਡਾ ਡਾਕੂਮੈਂਟ ਹੈ। ਬਿਲਕੁਲ, ਅਗਰ ਤੁਸੀਂ ਇਸ ਨੂੰ ਸਹੀ ਨਹੀਂ ਕਹਿੰਦੇ ਹੋ, ਸੋਰੀ। ਕੋਈ ਗੱਲ ਦੇ ਲਓ। ਲਓ ਜੀ, ਤੁਸੀਂ ਸਹੀ ਨਾ ਕਹੋ, ਮੇਰਾ ਵਾਹਿਗੁਰੂ ਤਾਂ ਹੈ ਨਾ। ਇਹ ਤਾਂ ਕਾਨੂੰਨੀ ਪ੍ਰਕਿਰਿਆ ਨਾ, ਮੈਂ ਇਸ ਨੂੰ ਤਸਦੀਕ। ਹਾਂ, ਨਾ ਕਰੋ। ਜਿੰਨੀ ਸ਼ਬਦ ਮੈਨੂੰ ਪੜ੍ਹਨੇ ਆਏ ਮੈਂ ਪੜ੍ਹ ਲਏ, ਉਰਦੂ ਤਾਂ ਮੈਨੂੰ ਪੜ੍ਹਨਾ ਨਹੀਂ ਆਉਂਦਾ। ਅੱਛਾ, ਇਹ ਪੜ੍ਹ ਲਓ। ਰਿਲੀਜਨ ਸਿੱਖਿਜ਼ਮ। ਇਹ ਪਾਸਪੋਰਟ ਤੁਹਾਡਾ ਕਦੋਂ ਦਾ ਇਸ਼ੂ ਹੈ? ਇਹ 21 ਜਨਵਰੀ 2016 ਦਾ ਪਾਸਪੋਰਟ ਇਹਨਾਂ ਦਾ ਬਣਿਆ, ਜਿਹਦੇ ਵਿੱਚ ਇਹਦੇ ਵਿੱਚ ਕੀ ਹੈ? ਸਿੱਖਿਜ਼ਮ ਲਿਖਿਆ, ਇਹਦੇ ਵਿੱਚ ਵੀ ਰਿਲੀਜਨ ਸਿੱਖਿਜ਼ਮ। ਰਿਲੀਜਨ ਸਿੱਖ ਹੈ। ਇਹ ਪਾਸਪੋਰਟ ਕਦੋਂ ਦਾ ਕੈਂਸਲ ਹੋਇਆ ਪਾਸਪੋਰਟ? ਇਹ ਕਿਹੜੇ ਟਾਈਮ ਦਾ? 2011 16 ਮਈ 2011। ਇਹ ਤਾਂ ਓਰੀਜਨਲ ਹੈ ਨਾ, ਵੀਜ਼ਾ ਵੀ ਵਿੱਚ ਹੈ। ਦੇਖੋ ਮੈਂ ਦੇਖ ਲੈਂਦਾ, ਵੀਜ਼ਾ ਦੇਖ ਲੈ ਮੈਂ ਤੁਹਾਡਾ ਦੇਖ ਲੈ। ਮੈਂ ਜਦੋਂ ਅੱਜ ਟਾਈਮ ਤੋਂ ਤੁਹਾਨੂੰ ਦੇ ਰਿਹਾ ਸੀ ਨਾ, ਠੀਕ ਹੈ, ਇਹ ਮੇਰੀ ਬੇਟੀ ਦੇ, ਠੀਕ ਹੈ, ਇਲਾਜ ਹੋ ਰਿਹਾ ਜਿਹੜੀ ਥੈਲੇਸੀਮੀਆ। ਕਿੰਨੀ ਦੇਰ ਦੀ ਪ੍ਰੋਬਲਮ ਹੈ? ਇਹ ਤਾਂ 7 ਮਹੀਨੇ ਦੀ, 7ਵੇਂ ਮਹੀਨੇ ਤੋਂ ਵਾਹਿਗੁਰੂ ਦਿੰਦਾ ਇਹਨੂੰ। ਇਹ ਵੇਖੋ ਹੁਣ ਸਿਰਫ ਇਹੀ ਦੱਸਣਾ ਕਿ ਮੈਂ ਛੁਪ ਨਹੀਂ ਰਿਹਾ ਮੀਡੀਆ ਤੋਂ, ਮਗਰ ਸਿਰਫ 13-9-2007 ਮੈਂ ਪੜ੍ਹ ਲਿਆ, ਠੀਕ ਹੈ, 7 ਗ੍ਰਾਮ ਬਲੱਡ ਆ ਰਹੇ ਅਤੇ ਇਹਨੂੰ ਫਿਰ ਕਿਹੜੀ ਡੇਟ ਦਿੱਤੀ ਨੇ? 20 ਤਾਰੀਖ ਦਿੱਤੀ ਨੇ, ਹਫ਼ਤਾ ਹੈ ਨਾ, ਹਫ਼ਤੇ 'ਚ ਮੈਂ ਆਪਣੇ ਬੱਚਿਆਂ ਨੂੰ ਟਾਈਮ ਦੇ ਦੇਵਾਂ, ਮੀਡੀਆ ਨੂੰ ਟਾਈਮ ਦੇ ਦੇਵਾਂ। ਇਹ ਵੇਖੋ, ਵੇਖ ਸਕਦੇ ਹੋ ਬਾਕਾਇਦਾ ਮਿਨੋਰਟੀ ਸਰਟੀਫਿਕੇਟ, ਮੈਂ ਦੱਸ ਦਿੱਤਾ। ਇਹ ਵੀ ਕੋਈ ਨਹੀਂ ਕਰ ਸਕਦਾ, ਇਹ ਵੀ ਕੋਈ ਮਾਂ ਦਾ ਪੁੱਤਰ ਨਹੀਂ ਕਰ ਸਕਦਾ ਕਿ ਜਿਹੜਾ ਬਲਦੇਵ ਨੇ ਆਪਣੇ ਵੀਰਾਂ ਵਾਸਤੇ, ਸਿੱਖਾਂ ਵਾਸਤੇ ਕੀਤਾ ਸੀ। ਇਹ ਵੀ ਵੇਖੋ, ਉਰਦੂ ਦੇ ਵਿੱਚ ਪੜ੍ਹ ਲਓ, ਇੱਕ ਅਰਦਾਸ ਪੇਸ਼ ਕੀਤੀ ਸੀ, ਜਿਹੜਾ ਬੰਦਾ ਆਪਣੇ ਹੱਕ ਨੂੰ ਛੋੜ ਕੇ ਆਪਣੇ ਰਾਈਟਸ, ਮੈਨੂੰ ਇਹ ਵੀ ਹੁੰਦਾ ਸੀ ਮੈਂ ਕਿਉਂ ਖੜ੍ਹੇ ਹੋ ਜਾਵਾਂ, ਕਿਉਂ ਕੌਣ, ਸਾਰਿਆਂ ਨੂੰ ਖਤਰਾ ਹੈ, ਜਿਤਨੇ ਨਨਕਾਣਾ ਸਾਹਿਬ ਹਨ, ਪੰਜਾ ਸਾਹਿਬ ਹਨ, ਸਿੰਧ ਦੇ ਵਿੱਚ ਹਨ, ਸਵਾਦ ਦੇ ਵਿੱਚ ਹਨ, ਬੁਨੇਰ ਦੇ ਵਿੱਚ ਹਨ, ਜਿਹੜੇ ਵੀ ਹਨ, ਇਹ ਸੱਚ ਮੈਂ ਕਿਹਾ ਅਤੇ ਮੈਨੂੰ ਮੇਰਾ ਵਾਹਿਗੁਰੂ ਮੈਨੂੰ ਇਸ ਦੀ ਸ਼ਰਧਾ ਦੇ ਸੀ। ਮੈਂ ਇਨਸਾਨ ਤੋਂ ਕੋਈ ਤਵੱਕੋ ਨਹੀਂ ਕਰਨਾ। ਅਤੇ ਤੁਸੀਂ ਭਾਰਤ ਹੀ ਕਿਉਂ ਚੁਣਿਆ ਸਿਆਸੀ ਸ਼ਰਧਾ? ਬਹੁਤ ਸਾਰੀ ਦੁਨੀਆ ਅਮੈਰੀਕਾ, ਲੰਡਨ, ਕੈਨੇਡਾ, ਉੱਥੇ ਜਾਂਦੇ ਹਨ। ਸਹੁਰਾ ਪਰਿਵਾਰ ਦੀ ਗੱਲ ਨਹੀਂ, ਮੈਨੂੰ ਹੈ ਜ਼ਿਆਦਾਤਰ, ਮੈਂ ਗੁਰਦੁਆਰਿਆਂ 'ਚ ਰਿਹਾ, ਪੰਜਾ ਸਾਹਿਬ ਗੁਰਦੁਆਰਾ, ਮੇਰੇ 'ਤੇ ਪੰਜਾ ਸਾਹਿਬ ਦੀ ਬਹੁਤ ਮਿਹਰ ਹੈ। ਅਤੇ ਇੱਥੇ ਵੀ ਵੇਖੋ, ਪੁਰਮਾਸ਼ੀ, ਮੈਂ ਅੱਜ ਪੁਰਮਾਸ਼ੀ ਸੀ, ਮੰਜੀ ਸਾਹਿਬ ਚਲਾ ਗਿਆ, ਮੱਥਾ ਟੇਕ ਲਿੱਤਾ, ਲੰਗਰ ਦੀ ਮੈਂ ਬਹੁਤ ਪਾਪੀ ਗੁਨਾਹਗਾਰ ਹਾਂ, ਮਗਰ ਆਪਣੀ ਕੋਸ਼ਿਸ਼ ਹੁੰਦੀ ਕਿ ਆਪਣੀ ਸੇਵਾ ਕਰ ਲਵਾਂ। ਇੱਥੇ ਵੀ ਸੇਵਾ ਕਰਦੇ ਪਏ? ਹਾਂ, ਮਿਲਦਾ ਮੌਕਾ, ਮੈਂ ਤਾਂ ਇਸ ਜੰਗ ਕੋਲ ਨਿਕਲਾਂ ਸੇਵਾ ਜਿੱਥੇ ਤੁਸੀਂ ਰਹਿ ਰਹੇ ਹੋ। ਅੱਛਾ, ਇਹ ਮੈਂ ਤੁਹਾਨੂੰ ਮੈਂ ਉੱਥੇ ਗੱਲ ਕਰ ਰਿਹਾ ਸੀਗਾ ਬਲਦੇਵ ਜੀ, ਤੇ ਜਿੱਥੇ ਤੁਸੀਂ ਰਹਿੰਦੇ ਪਏ ਹੋ ਹੁਣ। ਅੱਛਾ, ਮੈਂ ਉੱਥੇ ਗੱਲ ਕਰਦਾ ਪਿਆ ਸੀਗਾ। ਤੁਸੀਂ ਇਹ ਵਜ਼ਾਹਤ ਕਰ ਦੇਵਾਂ, ਇਹ KP ਅਸੈਂਬਲੀ ਦੇ ਵਿੱਚ
मैरिज सर्टिफिकेट वास्ते जिहड़ा अकलीयत दी इह पंजाब दे विच वाहिद पास होया सी ते मैं के पी दे विच इहदी कोशिश कीती सी इहदे बजाय मैं भी कर सकना सी कि अपनी अपने वास्ते होर कोई कि मेरी कि चीज़ा मेरे फंड किधर गए मैं वो पर एक तो उधर इल्जाम है शराब की समगलिंग भी करते रहे हो इल्जाम मेरी गल सुन कारोबार पूरा सवाल हाँ नाल ये भी उधर कहा जा रहा कि हर नाके से तुम्हें रोकया जाता है पर थोड़ी सियासी दबा इन्ना क है कि तुम हर पास्यों निकल जाते इस विच कोई सच है बलदेव तो हीरो हो गया इतना वो सी कि उत्थे नाकियां तो निकल के नाकियां तो कोई आसान निकलना ठीक है मेरे को शराब का परमट है मेरे को बाकायदा हूँ भी उसी लाइसेंस मेरे को सी कोई इनलीगल तरीका नहीं सी ठीक है इनलीगल मेरी हूँ मैं एक बंदे तो अपना खून नहीं मना कर सकना शराब की बोतल की सी मैं यारा दोस्तों बैठने वाला सा मैं खाने पीने वाला सा मैं सब कुछ करना सा मैं कहना मेरे ते जेल ने इतना किया है कि मैं उन्होंने बहुत व्डे नशिया तो बच किया मैं बाणी हाँ बाणी बाणी नाल इतना प्यार हो गया सी उस दे विच कि सिर्फ मेरा पूछ भी सकते हो अच्छा यह भी जेल दे विच पूछ लो कि कितने मुसलमानों ने कितनी तबलीकां कीतियां कि इहदे पिछे बाहर दी तबलीक दी टीम आई है कि नहीं आई बाहर तो मुसलमान मौलवी आके बाकायदा तौर जिहड़ा मस्जिद दे विच उत्थे जिहड़ा मस्जिद सी उहदे विच बैठ के मेरा नाम पुकारिया जांदा सी कि वह वेखो वह अपना धर्म दे वह करदा पिया साढ़े नाल बैठ के असी अच्छा एक दिन मेरी बदकिस्मतियां वेखो मेरे नाल कितनी ज्यादती है तुसीं कहिंदे हो वीर कि भी वीर मेरे नाल इतनी ज्यादतियां होईयां ना कि तुसीं एहसास भी नहीं कर सकते तुसीं साढ़ा लफ्ज तुसीं साढ़ा लफ्ज ते खफा ना हो सो साढ़े पाकिस्तानी जबान दे विच थोड़ी जिही तुसीं ते मैं मैं मेरी बेगम भी गुस्सा कर दी होंदी तुसीं ना कहया करो मैं कहया करो मगर साढ़ी जबान इस तरह की है ते उहदे विच बाकायदा मैनूं कितने कितनी बारी जमा मस्जिद बुला के मठियाई मठियाई दे के कहते हैं तू मठियाई मैं दे दो प्रसाद है मैं ले लेना प्रसाद बहुत मेरे ते कोशिशें हुई हैं अगर मैं मुसलमान होता मैं धर्म रदो बदल करता या मैं हिंदू धर्म तो सिख फैलांदा ठीक है मैं कोई तकलीफ नहीं सी यह तो पागलपन है हिंदू है अपने प्यो का मैं इरा दस तेरा प्यो है कौन इस तो वड़ी ज्यादती है कि तूने एक बंदा कवे वो काफिर एक गल्लां सुननियां पैंदियां जाके मेरे फेसबुक तो वेख मैं फेसबुक दे विच दसना ही जिहड़े मेरे के पाकिस्तान दे विच कहंदे ने पाकिस्तान दे लोकां नूं कुछ कहना चाहुंदे यही कहना वाहिगुरु नूं मन्नो पैसे नूं ना वेखो अपने बच्चों की मैं वेख्या ना मेरे बच्चों नूं अपने बच्चों की जिंदगी बचा लो धर्म बचा लो अपना कल्ला ए नहीं कि तुसीं लोकां दी गल्लां चाहो लोक करो मुन मैं नहीं कहना तुसां दी जान खतरे च है सारे वीरां नूं कहना आराम आराम ते आराम आराम ते ननकाणा साहब दी पंजा साहब दी संगत ते मैनूं मेरा वाहिगुरु गवाह है कि अगर मैनूं किसी दी या इंडियन शेर बबर मोदी ते कैप्टन पंजाब इन्हें नहीं या मैनूं यह मैसेज दिता हो कि तू अपने जितनी भी संगत है उन्होंने आख आवे इतने साड़ी तरफ नहीं मैं अपने ब्याह से कहना मैं अपनी जंग भी लड़ांगा तुसां दी भी जंग लड़ांगा आओ हिंदुस्तान थैंक यू वीर चलो दो सवाल मैं होर करने हैं तुसीं आपदा स्नेहा देता है एक तुहाडे ते होर इल्जाम उत्ते लगदा पिया उहदे विच तुसीं दस दिओ सच की है कि तुसीं कुछ कर्ज लिता 25 लाख रुपया वो भी उहदे करके भी तुसीं भज्जे हो इहदे विच कोई सच है 25 लाख कोई ज्यादा घट होए मैं दस दो मैनूं मैं जिहड़े चीज़ बारे फैक्ट नहीं है मैं कर्जा लिता ना इल्जाम लग रहे उत्ते अगर बैंक बैंक्स डिफाल्टर होवे वो तो फिर जाहिरी गल है कि वो तो भी फिर इमीग्रेशन पे होंदा है सारा रिकॉर्ड कि अगर निकलना होवे नहीं मैं नहीं लेता सच नहीं है वो ले आवन फिर अच्छा अंबैसी नु एक गुमराह करन दा तुहाडा इल्जाम लगदा पे कि तुसी इस केस बारे दस्या हुंदा ते तुहानू इंडियन अंबैसी भी शायद वीजा ना दिंदी इधरों इंडियन अंबैसी जे तुसी आ दस दित्ता जे दस दे फिर की हुंदा लामेक करो तुसी मैं तां पुछ रहा अगर मेरे को एक चीज़ है नहीं तो मैं क्यों लोड की है इंडियन एम्बेसी के बाहर बाहर इंडियन एम्बेसी के बाहर एजेंसियां इतनी बैठी हैं पाकिस्तानी तुम्हें पता नहीं सी तो अड़ते हाई कोर्ट केस फाइल नहीं नहीं पता सी नहीं ये बाद दे विच हुण बनया है ठीक है ये सारा कुछ हुण निकलदा पिया है तुहाडे तुहाडा परिवार उत्थे गया सी समझौता करन सुरन सिंह दे घर मेरा कल्ला परिवार नहीं गया मेरा परिवार हुण तक इलां दे घर नहीं गया
ਜਿਹੜਾ ਜਿਹੜੀ ਜਗ੍ਹਾ 'ਚ ਬੰਦਾ ਰਹਿੰਦੇ ਉੱਥੇ ਜਿਹੜੇ ਵੱਡੇ ਹੁੰਦੇ ਨੇ ਸੰਗਤ ਅਸੀਂ ਉਹਨਾਂ ਨੂੰ ਕਹਿੰਦੇ ਜਿਹੜੀ ਸੰਗਤ ਸੀ ਬਾਕਾਇਦਾ ਤੌਰ ਗਈ ਉਹ ਸੀ ਨਹੀਂ ਤੁਹਾਡੀ ਪਤਨੀ ਤੁਹਾਡੇ ਬੱਚੇ ਨਾ ਭੈਣ ਭਰਾ ਨਹੀਂ ਸਾਡੇ ਤਾਂ ਇਸ ਤਰ੍ਹਾਂ ਰਿਸ਼ਤਾ ਵੀ ਸੀ ਹੁਣ ਵੀ ਜਦੋਂ ਵਿਆਹ ਸੀ ਤੁਹਾਡੀ ਰਿਸ਼ਤੇਦਾਰੀ ਉਹਨਾਂ ਨਾਲ ਹਾਂ ਕੀ ਰਿਸ਼ਤੇਦਾਰੀ ਭੂਆ ਦੀ ਧੀ ਹੈ ਸੁਰਨ ਸਿੰਘ ਦੇ ਘਰੋਂ ਨਹੀਂ ਨਹੀਂ ਘਰ ਵਾਲੀ ਜਿਹੜੀ ਹੈ ਬਾਰ ਬਾਰ ਕਹਿਣਾ ਉਹ ਜੋ ਮੇਰੇ ਤੇ ਕੇਸਾਂ ਤੇ ਮੇਰੇ ਨਾਂ ਉਹ ਚੁੱਕਦਾ ਹੈ ਤੇ ਮੋਨਾ ਉਹਦਾ ਡੈਡੀ ਵੀ ਮੋਨਾ ਹੈ ਹਰਮੀਤ ਜਾਣਦੇ ਹੋ ਸ਼ਾਇਦ ਪਾਕਿਸਤਾਨੀ ਮੀਡੀਆ ਦੇ ਵਿੱਚ ਜਾਣਦੇ ਹੋ ਨਾਂ ਹੈ ਹਰਮੀਤ ਸਿੰਘ ਨਾਂ ਹੈ ਵੇਖ ਲਓ ਮੀਡੀਆ ਦੇ ਵਿੱਚ ਬੈਠਾ ਹੈ ਉਹਦੇ ਕੋਲ ਬਾਕਾਇਦਾ ਪੁੱਛ ਲਓ ਕਿ ਕੌਣ ਹੈ ਇਹ ਮੁੰਡਾ ਕੌਣ ਹੈ ਅਸੈਂਬਲੀ ਦੇ ਵਿੱਚ ਤੁਹਾਡੀ ਮਜ਼ੰਮਤ ਕੀਤੀ ਗਈ ਉੱਥੇ ਜੁੰਮੇ ਵਾਲੇ ਦਿਨ ਹੁਣ ਰਣਜੀਤ ਸਿੰਘ ਹਰਾਂ ਵੱਲੋਂ ਜਾਣਦੇ ਹੋ ਰਣਜੀਤ ਸਿੰਘ ਹਰਾਂ ਨੂੰ ਹਾਂ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਮਜ਼ੰਮਤ ਕੀਤੀ ਹੈ ਤੁਸੀਂ ਗਲਤ ਕੀਤਾ ਹੈ ਭੱਜ ਕੇ ਚਲੇ ਗਏ ਤੁਸੀਂ ਕੁਛ ਕਹਿਣਾ ਚਾਹੁੰਦੇ ਇਸ ਤਰ੍ਹਾਂ ਕੰਮ ਹੈ ਇਹ ਬਹੁਤ ਸਾਰੀ ਦੁਨੀਆ ਹੁਣ ਮਜ਼ੰਮਤ ਕਰੇਗੀ ਠੀਕ ਹੈ ਅਤੇ ਇਹਨਾਂ ਦੀ ਮੈਂ ਇਹੀ ਮੰਨਸਾਂ ਕਿ ਆਪਣੇ ਲੋਕਾਂ ਵਾਸਤੇ ਕੁਛ ਕਰ ਲਵਣ ਹੁਣ ਤਾਂ ਸਾਨੂੰ ਵਾਹਿਗੁਰੂ ਨੇ ਇੱਕ ਮੌਕਾ ਦਿੱਤਾ ਕਰ ਲਓ ਲੋਕਾਂ ਵਾਸਤੇ ਹੁਣ ਜ਼ਬਰਦਸਤੀ ਕਰੋ ਕਿ ਬਲਦੇਵ ਉੱਥੇ ਆਵਾਜ਼ ਚੁੱਕੇਗਾ ਕਿਉਂਕਿ ਤੁਸਾਂ ਦੀ ਆਵਾਜ਼ ਮੈਂ ਹੁਣ ਇੱਥੇ ਚੁੱਕਾਂਗਾ ਅਗਰ ਕਿਹੜਾ MP ਇਹ ਕੰਮ ਨਹੀਂ ਕਰਦਾ ਕਿਹੜਾ ਮੈਂ ਇਹ ਕੰਮ ਨਹੀਂ ਕਰਦਾ ਮੈਂ ਬਾਕਾਇਦਾ ਇੱਥੋਂ ਤੇ ਉਸ 'ਤੇ ਸਟੇਟਮੈਂਟ ਦੇਸਾਂ ਕਿ ਹੋ ਰਿਹਾ ਅਕਲੀਅਤਾਂ ਕਿਉਂ ਜ਼ਿਆਦਾ ਵੇਖੋ ਦਿਨ ਬ ਦਿਨ ਸਿੰਧ ਤੋਂ ਕਿੰਨੀ ਫੈਮਲੀ ਆ ਗਈਆਂ ਮਾਲੂਮਾਤ ਕਰ ਲਓ ਬਾਕਾਇਦਾ ਤੌਰ ਸਿੰਧ ਕਹਿਣ ਤੋਂ ਬਾਅਦ ਬਹੁਤ ਤੰਗ ਹੋ ਗਏ ਲੋਕ ਉਹਨਾਂ ਨੂੰ ਸਿਆਸੀ ਸ਼ਰਤ ਮਿਲ ਜੂਗੀ ਇੱਥੇ ਕਿਉਂ ਨਹੀਂ ਮਿਲੇਗੀ ਤੁਹਾਨੂੰ ਮਿਲ ਜੂਗੀ ਮਿਲ ਜਾਊਗੀ ਮੇਰਾ ਵਾਹਿਗੁਰੂ ਕਰੇਗਾ ਮੇਰੀ ਆਪਣੇ ਵਾਹਿਗੁਰੂ ਨਾਲ ਮੈਨੂੰ ਆਪਣੇ ਉਸ 'ਤੇ ਯਕੀਨ ਹੈ ਅਤੇ ਤੇਰੇ ਜੇ ਭਰਾਵਾਂ 'ਤੇ ਜਿਹੜੇ ਮੀਡੀਆ ਨੇ ਇਤਨਾ ਹਾਈਲਾਈਟ ਕਰ ਦਿੱਤਾ ਆਖਰੀ ਸਵਾਲ ਖਾਲਿਸਤਾਨ ਦੀ ਹਮਾਇਤ ਕਰਦੇ ਨਹੀਂ ਮੈਂ ਇਸ ਤਰ੍ਹਾਂ ਕਿ ਨਾ ਮੁਲਕਾਂ ਦੇ ਵਿੱਚ ਹੱਥ ਮਾਰਨਾ ਮੈਂ ਵੀਰ ਇਤਨੇ ਤੱਕ ਈਵਨ ਲੋਕਾਂ ਨੇ ਇਤਨਾ ਸ਼ੋਅ ਕੀਤਾ ਕਿ ਬਲਦੇਵ ਇੱਥੇ ਸਿਆਸਤ ਕਰੇਗਾ ਠੀਕ ਹੈ ਮੈਂ ਤੇਰੇ ਕੈਮਰੇ ਦੀ ਵਸਾਦਤ ਦੇ ਨਾਲ ਜਾ ਕੇ ਮੇਰੇ ਘਰ ਦੀ ਫੈਮਿਲੀ ਵੇਖੂ ਅਗਰ ਮੈਂ ਕਿਸੇ ਕੋਲ ਮੰਗਦਾ ਨਾ ਮੈਂ ਰੱਬ ਤੋਂ ਇਲਾਵਾ ਕਿਸੇ ਕੋਲ ਨਹੀਂ ਮੰਗਿਆ ਅੱਜ ਤੱਕ ਮੇਰੇ ਘਰ ਬੈੱਡ ਨਹੀਂ ਹੈ ਮੇਰੇ ਬੱਚੇ ਜ਼ਮੀਨ 'ਤੇ ਸੌਂਦੇ ਨੇ ਮੈਂ 2-4 ਪਾਈਆਂ ਰੱਖੀਆਂ ਮਗਰ ਮੈਂ ਫਿਰ ਵੀ ਖੁਸ਼ ਹਾਂ ਇਹ ਮੈਨੂੰ ਕੋਈ ਨਹੀਂ ਕਹਿ ਸਕਦਾ ਕਿ ਮੁਸਲਮਾਨ ਹੋ ਜਾ ਧਰਮ ਬਦਲ ਦੇ ਮੈਂ ਫਿਰ ਵੀ ਖੁਸ਼ ਹਾਂ ਇਤਨਾ ਖੁਸ਼ ਹਾਂ ਹੱਦ ਤੋਂ ਜ਼ਿਆਦਾ ਥਰ ਥਰ ਕਾਲਾ ਵੇਲੇ ਚਲਾਵਾਂ ਨਾ ਗੁਰਦੁਆਰੇ ਮੱਥਾ ਟੇਕ ਲੈਣ ਭਾਵੇਂ ਜਾਵਾਂ ਜਾਂ ਨਾ ਜਾਵਾਂ ਉਹ ਮੇਰੀ ਆਪਣੀ ਜ਼ਾਤੀ ਹੋ ਮਗਰ ਖੁਸ਼ ਹਾਂ ਇਹ ਨਹੀਂ ਮੈਨੂੰ ਕੋਈ ਕਹਿ ਸਕਦਾ ਯਾਰ ਮੁਸਲਮਾਨ ਖੁਸ਼ ਆ ਕਹਿਣਾ ਬਹੁਤ ਸੋਹਣਾ ਹੈ ਤੇਰੀ ਦਾੜੀ ਪਕੜ ਲਵਣ ਕਹਿੰਦੇ ਮੁਸਲਮਾਨ ਹੋ ਜਾ ਉਹ ਬਸ ਕਰੋ ਵੀਰੋ ਨਿਕਲ ਆਓ ਮੈਂ ਬੇਨਤੀ ਕਰਨਾ ਨੇ ਕਿ ਨਿਕਲ ਆਓ ਸਾਰੇ ਹਿੰਦੂ ਸਿੱਖ ਜਿਹੜੇ ਵੀ ਹਨ ਸਾਰੇ ਵੀਰ ਬਸ ਕਰੋ ਪੈਸਾ ਨਾ ਵੇਖੋ ਨਿਕਲ ਆਓ ਇੱਥੇ ਤੋਂ ਸਾਨੂੰ ਸਭ ਕੁਝ ਮਿਲੇਗਾ ਮੈਂ ਤੁਹਾਨੂੰ ਲਗਾਉਣਾ ਨਹੀਂ ਚਾਹੁੰਦਾ ਨਾ ਲੋਕ ਕਹਿੰਦੇ ਨੇ ਕਿ ਤੁਸੀਂ ਨਹੀਂ ਸਿਆਸਤ ਕਰਦੇ ਪਏ ਬਲਦੇਵ ਸਿਆਸਤ ਕਰਦਾ ਹੈ ਅਗਰ ਮੇਰੇ ਕੋਲ ਸਿਆਸਤ ਦਾ ਇਤਨਾ ਟਾਈਮ ਹੁੰਦਾ ਸੀ ਇਤਨਾ ਹੁੰਦਾ ਮੈਂ ਆਪਣੀ ਬੱਚੀ ਦੇ ਟ੍ਰੀਟਮੈਂਟ ਤੋਂ ਨਹੀਂ ਫਾਰਿਗ ਹੋਣਾ ਤੁਸੀਂ ਵੇਖਦੇ ਪਏ ਅਤੇ ਨਾ ਮੈਨੂੰ ਜਾ ਕੇ ਮੇਰਾ ਘਰ ਵੇਖ ਸਕਦੇ ਹੋ ਕਿ ਅਗਰ ਮੈਨੂੰ ਕੋਈ ਇਸ ਤਰ੍ਹਾਂ ਦੀ ਚੀਜ਼ ਮੈਂ ਕਿਸੇ ਕੋਲ ਨਹੀਂ ਮੰਗੀ ਹਾਂ ਮੇਰੇ ਪਿੱਛੇ MLA ਸਾਹਿਬ ਆਏ ਡਾਕਟਰ ਸਾਹਿਬ ਹੋਰੀ ਕਰ ਰਹੇ ਨੇ ਠੀਕ ਹੈ ਹੋਰ BJP ਹਕੂਮਤ ਆ ਰਹੇ ਸੰਦੇਸ਼ ਦਿੱਲੀ ਤੋਂ ਆ ਰਹੇ ਮਗਰ ਮੈਂ ਕਿਸੇ ਕੋਲ ਨਹੀਂ ਲਿੱਤੀ ਮੈਂ ਉਸ ਵਾਹਿਗੁਰੂ ਕੋਲ ਮੰਗਾਂਗਾ ਅਤੇ ਮੈਂ ਕਹਿੰਦਾ ਅਗਰ ਮੈਂ ਕਿਸੇ ਦੀ ਸੇਵਾ ਉੱਥੇ ਕੀਤੀ ਮੁਸਲਮਾਨਾਂ ਦੀ ਮੈਂ ਇੱਥੇ ਕਰ ਲਿੱਤੀ ਕਿਹੜੀ ਬੁਰੀ ਗੱਲ ਹੈ ਮਗਰ ਕਦੋਂ ਜਦੋਂ ਮੇਰੇ ਕੋਲ ਕੁਛ ਹੋਏਗਾ ਮੈਂ ਆਪਣੀ ਬੱਚੀ ਦੀ ਟ੍ਰੀਟਮੈਂਟ ਤੋਂ ਫਾਰਿਗ ਹੋਵਾਂਗਾ ਥੈਂਕ ਯੂ ਵੀਰ ਇੱਥੇ ਕੋਈ ਸਮਾਜ ਸੇਵੀ ਸੰਸਥਾਵਾਂ ਵੀ ਤੁਹਾਡੀ ਮਦਦ ਕਰ ਰਹੀਆਂ ਚਲੋ ਉਹ ਵੀ ਚੰਗੀ ਹੈ ਚਲੋ ਬਹੁਤ ਧੰਨਵਾਦ ਬਲਦੇਵ ਜੀ ਤੁਸੀਂ ਸਾਨੂੰ ਵਕਤ ਦਿੱਤਾ ਥੈਂਕ ਯੂ ਵੀਰ ਅਸੀਂ ਤੁਹਾਡੇ ਤੋਂ ਹਰ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਫੈਸਲਾ ਉਹਨਾਂ ਹੁਕਮਰਾਨਾਂ ਨੇ ਕਰਨਾ ਉਹਨਾਂ ਅਦਾਲਤਾਂ ਨੇ ਕਰਨਾ ਕਿ ਤੁਸੀਂ ਕਿੰਨੇ ਸੱਚੇ ਹੈਗੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਵਾਹਿਗੁਰੂ 'ਤੇ ਭਰੋਸਾ ਹੈਗਾ ਬਸ ਵਾਹਿਗੁਰੂ ਉਹਨਾਂ ਨੇ ਫੈਸਲਾ ਕਰਨਾ ਹੈਗਾ ਬਹੁਤ ਧੰਨਵਾਦ ਥੈਂਕ ਯੂ ਬਹੁਤ ਥੈਂਕ ਯੂ ਕੈਪਟਨ ਇਹ ਸਨ ਬਲਦੇਵ ਜੀ ਸਾਡੇ ਨਾਲ
ਬਲਦੇਵ ਜੀ, ਤੁਸੀਂ ਹਰ ਸਵਾਲ ਦਾ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਹੈ, ਥੋੜ੍ਹਾ ਜਿਹਾ ਵਕਤ ਵੀ ਅਸੀਂ ਉਹਨਾਂ ਤੋਂ ਜ਼ਿਆਦਾ ਲੈ ਲਿਆ ਕਿਉਂਕਿ ਬਹੁਤ ਸਾਰੇ ਸਵਾਲ ਸੀਗੇ ਜਿਹਨਾਂ ਸਵਾਲਾਂ ਦੇ ਜਵਾਬ ਆ ਜਿਹੜਾ ਤੁਸੀਂ ਚਾਹੁੰਦੇ ਹੋ। ਉਹਨਾਂ ਸਵਾਲਾਂ ਦੇ ਵਿੱਚ ਕਿੰਨਾ ਸੱਚ ਹੈਗਾ, ਕਿੰਨਾ ਝੂਠ ਹੈਗਾ, ਇਹ ਫੈਸਲਾ ਭਵਿੱਖ ਦੀ ਗੋਦ ਵਿੱਚ ਹੈਗਾ। ਪਰ ਅੱਜ ਬਲਦੇਵ ਜੀ ਇਹ ਗੱਲ ਕਹਿ ਰਹੇ ਹੈਗੇ ਆ ਕਿ ਭਾਰਤ ਦੇ ਵਿੱਚ ਸਿਆਸੀ ਸ਼ਰਨ ਲੈਣਾ ਉਹਨਾਂ ਦਾ ਪਹਿਲਾ ਕੰਮ ਹੈਗਾ, ਉਹ ਆਪਣੀ ਧੀ ਦਾ ਇਲਾਜ ਕਰਾਉਣਾ ਚਾਹੁੰਦੇ ਆ, ਉਹ ਵੀ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਹੈਗੀ ਹੈ। ਬਹੁਤ ਜ਼ਿੰਮੇਵਾਰੀਆਂ ਕਹਿੰਦੇ ਮੇਰੇ ਸਿਰ 'ਤੇ ਹੈਗੀਆਂ, ਪਰ ਉਦਨੀਆਂ ਘੱਟ ਗਿਣਤੀਆਂ ਇਹਨਾਂ ਦੇ ਨਾਲ ਅੱਜ ਕਿਉਂ ਨਹੀਂ ਖੜੀਆਂ, ਇਹ ਆਪਣੇ ਆਪ ਵਿੱਚ ਉਹ ਵੱਡਾ ਸਵਾਲ ਹੈਗਾ ਜਿਸ ਦਾ ਜਵਾਬ ਬਲਦੇਵ ਜੀ ਕੋਲ ਇਹ ਹੈਗਾ ਕਿ ਉੱਧਰ ਉਹ ਖਤਰੇ ਵਿੱਚ ਹੈਗੀ ਹੈ। ਖਤਰੇ ਵਿੱਚ ਕੌਣ ਕਿੱਥੇ ਹੈਗਾ, ਇਹ ਸਵਾਲ ਬਹੁਤ ਵੱਡਾ ਹੈਗਾ। ਇਸ ਸਵਾਲ ਦਾ ਜਵਾਬ ਹੈ ਜਿਹੜਾ ਪਤਾ ਨਹੀਂ ਕਿੰਨੇ ਵਾਰਿਆਂ ਬਾਅਦ ਮਿਲੇਗਾ, ਪਰ ਭਾਰਤ ਪਾਕਿਸਤਾਨ ਦੇ ਵਿੱਚ ਅਸੀਂ ਇੱਕੋ ਉਮੀਦ ਕਰਦੇ ਹਾਂ ਕਿ ਰਿਸ਼ਤੇ ਚੰਗੇ ਹੋਣ, ਜਿਹੜੇ ਇੱਕ ਦੂਜੇ ਦੇ ਬਛਿੰਦੇ ਹੈਗੇ ਆ ਉਹ ਆਪਸ ਵਿੱਚ ਮਿਲਣ ਜੁਲਣ, ਪਰ ਇਸ ਤਰੀਕੇ ਮਿਲਣਗੇ ਇਹ ਸ਼ਾਇਦ ਅਸੀਂ ਨਹੀਂ ਸੋਚਦੇ। ਬਹੁਤ ਧੰਨਵਾਦ।